ਸਿੰਗਲ ਟੱਬਰ ਹੋ ਗਏ ਆ। ਜਵਾਕ ਇਕੱਲੇ ਹੋ ਗਏ ਆ। ਡਿਪਰੈਸ਼ਨ ਆ ਰਹੇ ਆ, ਖੁਦਕੁਸ਼ੀਆਂ ਵੱਧ ਰਹੀਆਂ। ਜਿਹੜੀ ਧਰਮ ਦੀ ਰਵਾਇਤ ਦੀ ਕੋਮਲਤਾ ਸੀਗੀ, ਉਹ ਸਾਰੀ ਖਤਮ ਕਰਕੇ ਤੁਹਾਨੂੰ ਸਿਰਫ ਇਹ ਕਰਤਾ ਜੀ ਇੱਕ ਤੋ ਸ਼ਬਦ بڑے ਵੱਡੇ ਵੱਡੇ ਬੋਲਦੇ ਆ ਜੀ ਬੁਰਜੂਆ, ਪ੍ਰੋਲੇਟਾਰੀ ਜੋ ਬੋਲਦੇ ਆ। ਉਹ ਬੜੇ ਫਰਜ਼ੀ ਜਿਹੇ ਸ਼ਬਦ ਹੈ। ਉਹ ਉਹਨਾਂ ਨੂੰ ਇਹ ਲੱਗਦਾ ਵੀ ਇਹ ਅਨਪੜ ਗਵਾਰ ਲੋਕ ਹੈ। ਵੀ ਇਹਨਾਂ ਨੂੰ ਬਦਲਾ ਲਿਆ ਕੇ ਵਿਗਿਆਨਿਕ ਸੋਚ ਆ ਲੈ ਆਣਾ ਚਾਹੀਦਾ। ਮੈਨੂੰ ਲੱਗਦਾ ਵੀ ਇਹ ਨਿਹਾਰ ਦਾ ਦੌਰ ਹੈ ਵੈਸਟ ਗਰਕਰਿਆ ਤੇ ਜੇ ਇਹ ਇੱਥੇ ਆ ਗਿਆ ਤਾਂ ਇਹ ਵੀ ਹਿੱਸਾ ਕਰਕੇਗਾ ਜਿਹੜਾ ਇਹ ਲੈਫਟ ਦੀ ਧਾਰਨਾਵਾਂ ਨੇ ਤੀਮੀ ਨੂੰ ਇੱਕ ਗਲੈਮਰ ਡੋਲ ਬਣਾਤਾ ਹੈ ਘਰ ਤੋਂ ਬਾਹਰ ਕੱਟ ਕੇ ਮਾਰਕੀਟ 'ਚ ਤੀਮੀ ਨੂੰ ਮਾਰਕੀਟ ਦਾ ਪ੍ਰੋਡਕਟ ਬਣਾ ਦੇਣਾ ਮੈਨੂੰ ਨਹੀਂ ਲੱਗਦਾ ਵੀ ਤੀਮੀ ਦੀ ਗੁਲਾਮ ਉਹ ਆਜ਼ਾਦੀ ਹੋਊਗੀ ਤੁਸੀਂ ਇਹ ਦੇਖ ਲਓ ਵੀ ਮੈਂ ਕਿਤੇ ਪੜਿਆ ਸੀਗਾ ਵੀ ਆਦੀਵਾਸੀ ਇਲਾਕੇ ਦੇ ਵਿੱਚ ਜਿਹੜੇ ਉਹ ਰੱਬ ਨੂੰ ਤਿਆ ਕੇ 15 16 ਫਸਲਾਂ ਦਾ ਸੱਟਾ ਦੇ ਦਿੰਦੇ ਸੀਗੇ ਤੇ ਉਹਨਾਂ ਦੇ ਖਾਣ ਦੀ ਕਦੀ ਵੀ ਕਮੀ ਨਹੀਂ ਆਈ ਕਦੀ ਉੱਥੇ ਕਾਲ ਨਹੀਂ ਪਿਆ ਕਦੀ ਉੱਥੇ ਸੁੰਡੀ ਨਹੀਂ ਉਹ ਇੱਕ ਫਸਲ ਨਹੀਂ ਹੁੰਦੀ ਸੀ ਤੇ ਦੂਜੀ ਹੋ ਜਾਂਦੀ ਸੀ ਸਰਕਾਰਾਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਰਿਸਰਚ ਕਰਦੀਆਂ ਪਈਆਂ ਤੇ ਉਹ ਕਹਿੰਦੇ ਵੀ ਇਹ ਕਮਾਲ ਦੀ ਗੱਲ ਹੈ ਕਿ ਕਟੋ ਕਟੇ ਨਾ ਨੂੰ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਵੀ ਫੂਡ ਕ੍ਰਾਈਸਿਸ ਨਹੀਂ ਆਨ ਦੇ ਰਹੀ ਐਮ ਐਸ ਬੀ ਕਦੀ ਵੀ ਕਿਸਾਨ ਨੂੰ ਆਜ਼ਾਦ ਨਹੀਂ ਕਰਾ ਸਕਦੀ ਭਗਤ ਸਿੰਘ ਦਾ ਇੱਕ ਰਿਸ਼ਤੇਦਾਰ ਹੈ ਪ੍ਰੋਫੈਸਰ ਉਹ ਕਹਿੰਦਾ ਵੀ ਰਾਸ਼ਟਵਾਦ 네ਗੇਟਿਵ ਜਾਂ ਪੋਜ਼ਿਟਿਵ ਹੁੰਦਾ ਹੈ ਰਾਸ਼ਟਵਾਦ ਤਾਂ ਰਾਸ਼ਟਵਾਦ ਆ ਉਹਨੇ ਕਿਤਾਬ ਵੀ ਛਾਪੀ ਐ ਜਿਹੜੀ ਆਈਡੈਂਟੀਟੀ ਐ ਉਹਦਾ ਕਲਚਰਲ ਖਿੱਤਾ ਵੀ ਚਲਾ ਗਿਆ ਉਹਦਾ ਇਕਨੋਮਿਕ ਖਿੱਤਾ ਵੀ ਚਲਾ ਗਿਆ ਉਹ ਹੋਮਲੈਸ ਹੋ ਗਿਆ ਤੇ ਉਹਨਾਂ ਨੂੰ ਬਿਲਕੁਲ ਇੱਥੇ ਆ ਕੇ ਕਰਨਾ ਵੀ ਤੁਸੀਂ ਬਾਕੀ ਲੋਕਾਂ ਦੀ ਤਰਾਈਆਂ ਜੇ ਲੋਕਤੰਤਰ ਹੋਊਗਾ ਜੇ ਇੱਕ ਬੰਦਾ ਜਿਹੜਾ ਸੱਤਾ ਦੇ ਬਰਾਬਰ ਹੋਊਗਾ ਤਾਂ ਹੀ ਉਸ ਨੂੰ ਲੋਕਤੰਤਰ ਮੰਨਿਆ ਜਾਊਗਾ ਨਾ ਅੱਜ ਦਾ ਹਿੰਦੂਤਵਾ ਕੀ ਹੈ ਵਾ ਇਹਨਾਂ ਨੇ ਪਹਿਲਾਂ ਪੂਰਾ ਉੱਤਰਾਖੰਡ ਤਬਾਹ ਕਰਤਾ ਹੁਣ ਆ ਸਾਰਾ ਹਿਮਾਲਿਆ ਹਿਮਾਚਲ ਦਾ ਤਬਾਹ ਕਰ ਰਹੇ ਆ ਸਰੰਗਾ ਸਰੰਗਾ ਕਰ ਰਹੇ ਆ ਉਹ ਸਾਰਾ ਕੁਝ ਧਰਮਸਾਲਾ ਤੱਕ ਜਿਹੜਾ ਹਿਮਾਲਿਆ ਖਤਰੇ 'ਚ ਹੈ 105 ਮਰਾਠੀ ਜਿਹੜੇ ਆ ਸ਼ਹੀਦ ਹੋਏ ਆ ਗੋਲੀ ਖਾਧੀ ਐ ਤਾਂ ਜਿਹੜਾ ਬੰਬੇ ਐ ਉਹ ਮਹਾਰਾਸ਼ਟਰ ਦਾ ਹਿੱਸਾ ਬਣਿਆ ਅੱਜ ਹਮੇਵਨ ਸਮੇਂ ਦੇ ਵਿੱਚ ਨੂੰ ਲੰਘ ਰਹੇ ਆਂ ਜਦ ਕਿ ਇੱਕ ਨਾਰਾ ਬਹੁਤ ਚੱਲ ਰਿਹਾ ਕਿ ਵਿਗਿਆਨਕ ਸੋਚ ਅਪਣਾਓ ਔਰ ਸਾਰੇ ਮਸਲੇ ਦਾ ਹੱਲ ਕਰੋ। ਹਜ਼ਾਰਾਂ ਸੈਂਕੜੇ ਸਾਲਾਂ ਤੇ ਹਮੇ ਲੋਕ ਧਾਰਾ ਨਾਲ ਜੁੜੇ ਰਹੇ ਔਰ ਉਸ ਦੇ ਗੈਲ ਸਾਰੇ ਮਸਲੇ ਹੱਲ ਕਰਦੇ ਰਹੇ। ਮਾਰੀ ਜਿਹੜੀ ਖੇਤੀ ਸੀ ਉਹ ਵੀ ਹਜ਼ਾਰਾਂ ਸਾਲਾਂ ਤੇ ਜਦ ਤੱਕ ਲੋਕ ਧਾਰਾ ਨਾਲ ਜੁੜੀ ਰਹੀ ਜਦ ਤੱਕ ਉਸ ਮੇਂ ਕੋਈ ਵੀ ਰੇਸ ਪ੍ਰੇਣੀ ਦਾ ਕੋਈ ਜ਼ਹਿਰ ਨਹੀਂ ਤਾ ਔਰ ਬੰਦੇ ਜਦ ਬੀਜ ਪਾਣ ਜਾਹੇਂਦੇ ਨਾ ਧਰਤੀ ਨੂੰ ਮੱਥਾ ਟੇਕਦੇ ਧਰਤੀ ਨੂੰ ਮਾਂ ਮੰਨਦੇ। ਫੇਰ ਜਿਹੜਾ ਹਰਾ ਇਨਕਲਾਬ ਆ ਗਿਆ ਜਿਹੜਾ ਵਿਗਿਆਨਕ ਸੋਚ ਦੇ ਵਿੱਚੋਂ ਨਿਕ ਉਸ ਕਹਿੰਦਾ ਫਿਰ ਸਾਰਾ ਕੁਝ ਰੱਦ ਕਰਕੇ ਖੇਤੀ ਖੇਤ ਸਾਰਾ ਕੁਝ ਜ਼ਹਿਰ ਗਲ ਭਰ ਦਿਆ ਤੇ ਅੱਜ ਦੁਨੀਆ ਭਰ ਕੇ ਵਿੱਚ ਜਿਹੜਾ ਕਿਹਾ ਜਾ ਰਿਹਾ ਕਿ ਜੀਵਨ ਕੁਸ ਨੇ ਖਾ ਰਿਹਾ ਏ ਇਹ ਮari ਮੌਤ ਹੈ ਮari ਤਬਾਹੀ ਹੈ ਸੋ ਲੋਕਧਾਰਾ ਉੱਪਰ ਬਾਤ ਕਰਨੇ ਵਾਸਤੇ ਅੱਜ ਮੇਰੀ ਗੱਲ ਹੈ ਬਾਈ ਗੰਗਵੀਰ ਠੌਰ ਉਹਨੇ ਤਾਂ ਜਾਣਾਂਗੇ ਵੀ ਅਸਲ ਮਾਰ ਜਿਹੜੀ ਲੋਕਧਾਰਾ ਕਿੰਨੀ ਮari ਜੜਾਂ ਗਲ ਜੁੜੀ ਹੋਇਆ ਔਰ ਜਿਹੜੀ ਵਿਗਿਆਨਕ ਸੋਚ ਹੈ ਉਹ ਕਿਸ ਤਰ੍ਹਾਂ ਮਨੁਸਕੀ ਆੜ ਕੇ ਵਿੱਚ ਬਹੁਤ ਬੜੇ ਪੱਧਰ ਪਰ ਬੁੱਧੂ ਬਣਾਇਆ ਗਿਆ ਪਿੱਛੇ ਜੇ ਮੱਤੇਵੜ ਵਾਲੇ ਜੰਗਲ ਕਾ ਮਸਲਾ ਚੱਲੇ ਦਾ ਪੰਜਾਬ ਦੇ ਵਿੱਚ ਜਿਹੜਾ ਉਹ ਜਿਹਨੀਆਂ ਪਿਛਲੀਆਂ ਸਰਕਾਰਾਂ ਦੀਆਂ ਸਭ ਦਾ ਨਿਸ਼ਾਨਾਤਾ ਵੀ ਮੱਤੇਵੜ ਵਾਲਾ ਜੰਗਲ ਤਬਾਹ ਕਰਕੇ ਉਹ ਰੈ ਫੈਕਟਰੀਆਂ ਲਾ ਕੇ ਲੋਕਾਂ ਦੇ ਗਲਮ ਜ਼ਹਿਰ ਪਾਈ ਜਾਵੇ। ਸੋ ਉਸ ਨੂੰ ਜਿਹੜਾ ਹੈਗਾ ਬਚਾਣੇ ਵਾਸਤੇ ਗੰਗਵੀਰ ਉਹਨਾਂ ਨੇ ਬਹੁਤ ਬੜੀ ਇੱਕ ਮਹਿੰਮ ਚਲਾਈ ਤੀ ਸੋ ਉਸ ਦੇ ਬਾਅਦ ਜਿਹੜਾ ਹੈਗਾ ਉਹ ਜੰਗਲ ਬਚੇ ਤੇ ਸੋ ਅੱਜ ਬਾਈ ਗੰਗਵੀਰ ਉਹਨਾਂ ਤੇ ਇਹਨਾਂ ਹੀ ਮਸਲਿਆਂ ਪਰ ਅੱਪਾ ਬਾਤ ਕਰਾਂਗੇ। ਅੱਛਾ ਬਾਈ ਜਿਸ ਤਰ੍ਹਾਂ ਮੈਂ ਬਾਤ ਕਰ ਰਿਹਾ ਤਾਂ ਵੀ ਜਿਹੜਾ ਆਪਣਾ ਇਹ ਲੋਕਧਾਰਾ ਇੱਕ ਪਾਸੇ ਵਿਗਿਆਨਕ ਸੋਚ ਹੈ। ਹੁਣ ਤਾਂ ਸਾਰਾ ਦਿਨ ਆਪਾਂ ਇਹ ਹੀ ਸੁਣਾ ਵੀ ਸਾਰੇ ਮਸਲੇ ਦਾ ਹੱਲ ਜਿਹਦਰਾਂ ਬਾਤ ਕਰ ਰਹੇ ਤਾਂ ਵੀ ਵਿਗਿਆਨਕ ਸੋਚ ਕਹ ਲੈ ਕਿ ਲੋਕ ਪਤਾਰ ਵਾਲਾ ਮੁੱਦਾ ਜਿਹੜਾ ਹੈਗਾ ਇਹ ਤਾਂ ਅਨਪੜ੍ਹ ਜਹਾਨ ਜਿਹੜੇ ਪਹਿਲਾਂ ਪਾਣੀ ਨੂੰ ਦੇਵਤਾ ਮੰਨੇ ਤੇ ਦਰਖਤਾਂ ਨੂੰ ਦੇਵਤੇ ਮੰਨੇ ਤੇ ਮੱਥੇ ਟੇਕੇ ਤੇ ਉਹ ਸਾਰੀ ਚੀਜ਼ਾਂ ਰੱਦ ਕਰਕੇ ਨਵੀਂ ਤਰ੍ਹਾਂ ਦੀ ਪੜ੍ਹਾਈ ਹੈ ਨਵੀਂ ਤਰ੍ਹਾਂ ਦੀ ਸਾਇੰਸ ਹੈ ਤਾਂ ਮੈਂ ਕੀ ਕਰਨਾ ਚਾਹਾਂ ਦੇਖੋ ਵਿਗਿਆਨਕ ਸੋਚ ਜਿੱਥੋਂ ਆਈ ਹੈ ਤਕਰੀਬਨ ਦੁਨੀਆ ਦੇ ਵਿੱਚ ਅਮਰੀਕਨ ਇਨਲਾਈਟਨਮੈਂਟ ਜਾਂ ਗੋਰੇ ਦੀ ਇਨਲਾਈਟਨਮੈਂਟ ਜਿਹਨੂੰ ਕਿਹਾ ਜਾਂਦਾ ਹੈ ਵੀ ਚੇਤਨਤਾ ਉਹ 2 250 ਸਾਲ ਪਹਿਲਾਂ ਸ਼ੁਰੂ ਹੋਈ ਹੈ ਉਹ ਜਦੋਂ ਜਦੋਂ ਕਹਿੰਦੇ ਕਿ ਪੀਕ ਤੇ ਸੀਗਾ ਉਹ ਦੌਰ ਤੇ ਉਹ ਜਿੱਥੇ ਕਿ ਅੱਜ ਪੁੱਜੀ ਹੈ ਤਕਰੀਬਨ ਕਹਿੰਦੇ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲਾਂ ਇਹਦਾ ਭੋਗ ਪੈ ਚੱਕਾ ਸੀਗਾ ਤੇ ਉਸ ਤੋਂ ਬਾਅਦ ਨਵਾਂ ਜੋ ਥੋਟ ਆ ਗਿਆ ਮੌਜੂਦਾ ਦੌਰ ਦੇ ਵਿੱਚ ਦੇਖਦੇ ਆਂ ਵੀ ਵੈਸਟ ਜਿਹੜਾ ਸਾਰਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਫਿਰਦਾ ਹੈ ਉਹਦੇ ਵਿੱਚ ਜਿਹੜੇ ਬੰਦਾ ਤੀਮੀ ਦੇ ਰਿਸ਼ਤੇ ਆ ਉਹ ਵੀ ਖਤਮ ਹੋ ਰਹੇ ਆ ਵਿਆਹ ਵਰਗਾ ਇੰਸਟੀਚੂਨ ਵੀ ਟੁੱਟ ਗਏ ਆ ਤੇ ਜਦ ਕਿ ਦੁਨੀਆ ਦੇ ਵਿੱਚ ਆਪਾਂ ਦੇਖਦੇ ਆਂ ਵੀ ਜਿਹੜਾ ਸਾਨੂੰ ਕਹਿੰਦੇ ਆ ਵੀ ਇਹ ਪਛਾਕੜੂ ਹੈ ਜਾਂ ਅਨਪੜਾ ਹੈ ਜਾਂ ਗਵਾਰ ਹੈ ਅੰਧਵਿਸ਼ਵਾਸੀ ਹੈ ਉੱਥੇ ਅੱਜ ਵੀ ਜਿਵੇਂ ਮਰਜੀ ਹੈ ਵਿਆਹ ਵਰਗਾ ਇੰਸਟੀਚੂਨ ਚੱਲਿਆ ਆ ਰਿਹਾ ਐਡੀ ਗਰੀਬੀ ਵੀ ਹੋਵੇ ਪਰ ਕੋਈ ਇਹ ਨਹੀਂ ਹੈ ਵੀ ਡਿਪਰੈਸ਼ਨ ਵਰਗਾ ਕੋਈ ਆ ਰਿਹਾ ਖਾਸ ਕਰਕੇ ਪਿੰਡਾਂ 'ਚ ਉਲਟ ਇਹ ਹੈ ਵੀ ਜਿੱਥੇ ਵਿਕਾਸ ਆ ਰਿਹਾ ਜਿਹੜਾ ਬੈਸਟ ਤੋਂ ਵਿਕਾਸ ਆਇਆ ਜਿਹੜਾ ਮਾਡਲ ਆ ਰਿਹਾ ਉਹਦੇ ਵਿੱਚ ਸਿੰਗਲ ਟੱਬਰ ਹੋ ਗਏ ਆ ਜਵਾਕ ਇਕੱਲੇ ਹੋ ਗਏ ਆ ਡਿਪਰੈਸ਼ਨ ਆ ਰਿਹਾ ਖੁਦਕੁਸ਼ੀਆਂ ਵੱਧ ਰਹੀਆਂ ਸੋ ਜੋ ਆਪਾਂ ਕਹਿ ਰਹੇ ਆ ਵੀ ਵਿਕਾਸ ਨੂੰ ਜਾਂ ਜਿਹੜਾ ਮਾਡਲ ਪੰਜਾਬ ਦੇ ਵਿੱਚ ਵਿਗਿਆਨਿਕ ਕਹਿ ਕੇ ਕੁਝ ਲੋਕ ਪਰੋਸ ਰਹੇ ਆ ਜਾਂ ਉਹ ਕਿਤਾਬਾਂ ਵੇਚਣ ਵਾਲੇ ਵਪਾਰੀ ਜਿਹੜੇ ਹੈਗੇ ਆ ਉਹ ਨਾ ਤਾਂ ਮਿੱਥਾ ਨੂੰ ਸਮਝ ਸਕਦੇ ਆ ਨਾ ਉਹਨਾਂ ਲੋਕਧਾਰਾ ਦੀ ਸਮਝ ਆ ਤੇ ਉਹਨਾਂ ਨੇ ਜਿਹੜੀ ਐਕਸਪਲੇਨੇਸ਼ਨ ਕਰ ਰਹੇ ਆ ਮਿੱਥ ਨੂੰ ਸਮਝਣ ਦੀ ਜਾਂ ਰਵਾਇਤਾਂ ਨੂੰ ਸਮਝਣ ਦੀ ਉਹ ਬਹੁਤ ਜ਼ਿਆਦਾ ਉੱਚੇ ਲੈਵਲ ਤੇ ਆ ਉਸ ਉੱਚੇ ਲੈਵਲ ਤੋਂ ਜਿਹੜੀ ਪੰਜਾਬ ਦੇ ਵਿੱਚ ਚੇਤਨਤਾ ਉੱਭਰ ਰਹੀ ਹੈ ਉਹ ਪੰਜਾਬ ਨੂੰ ਨਿਹਾਰਾ ਲਈ ਲੈ ਕੇ ਜਾ ਰਹੀ ਹੈ ਉਹਦਾ ਐਗਜ਼ਾਮਪਲ ਇਹ ਦੇਖ ਲਓ ਵੀ ਤੁਸੀਂ ਪੰਜਾਬ ਦੇ ਵਿੱਚ ਵੀ ਆ ਜਿਹੜੀ ਵਿਗਿਆਨਿਕ ਸੋਚ ਦਾ ਨਾਰਾ ਜਿਹੜਾ ਮਾਲਵੇ ਵਿੱਚ ਬਹੁਤ ਜ਼ਿਆਦਾ ਲੱਗਦਾ ਤੁਹਾਨੂੰ ਪਤਾ ਹੈ ਮਾਲਵੇ ਚ ਲੈਂਡ ਹੋਲਡਿੰਗ ਵੀ ਵੱਧ ਹੈ ਕਾਮਰੇਡ ਮਾਲਵੇ ਮੇਂ ਜ਼ਿਆਦਾ ਕਾਮਰੇਡ ਕਹਿ ਸਕਦੇ ਆ ਵੀ ਜਿਹੜੇ ਆਪਦੇ ਆਪ ਨੂੰ ਕਾਮਰੇਡ ਹੋਣ ਦਾ ਦਾਅਵਾ ਕਰਨ ਕਰਦੇ ਆ ਪਰ ਖੁਦਗੁਸ਼ੀਆਂ ਵੀ ਉੱਥੇ ਹੀ ਜ਼ਿਆਦਾ ਹੈ ਜਿੱਥੇ ਜ਼ਿਆਦਾ ਵਿਗਿਆਨਿਕ ਸੋਚ ਹੈ ਸੋ ਇਹ ਦੇਖ ਰਹੇ ਆਂ ਵੀ ਆ ਜਿਹੜੀ ਮਾਡਰਨ ਸੋਚ ਦੇ ਨਾਂ ਤੇ ਜਾਂ ਵਿਗਿਆਨਿਕ ਸੋਚ ਨੇ ਲੋਕਾਂ ਨੂੰ ਖੋਖਲਾ ਬਣਾ ਦਿੱਤਾ ਲੋਕਾਂ ਨੂੰ ਗਿੰਤੀਆਂ ਬਿੰਤੀਆਂ ਜਪਾ ਦਿੱਤਾ ਜਿਹੜੀ ਧਰਮ ਦੀ ਰਵਾਇਤ ਦੀ ਕੋਮਲਤਾ ਸੀਗੀ ਉਹ ਸਾਰੀ ਖਤਮ ਕਰਕੇ ਤੁਹਾਨੂੰ ਸਿਰਫ ਇਹ ਕਰਤਾ ਜੀ ਇੱਕ ਤਾਂ ਸ਼ਬਦ بڑے ਵੱਡੇ ਵੱਡੇ ਬੋਲਦੇ ਆ ਜੀ ਬੁਰਜੂਆ ਪ੍ਰੋਲਿਟਾਰੀ ਜੋ ਬੋਲਦੇ ਆ ਉਹ ਬੜੇ ਫਰਜੀ ਜਿਹੇ ਸ਼ਬਦ ਹੈ ਤਾਂ ਉਹਦੇ ਵਿੱਚੋਂ ਹੀ ਬੰਦਾ ਜਿਹੜਾ ਇਹ ਹੈ ਵੀ ਉਹ ਵਿਗਿਆਨਿਕ ਸੋਚ ਇਹ ਹੈ ਵੀ ਜਿਹੜੇ ਏਡੇ ਏਡੇ ਸ਼ਬਦ ਬੋਲੂਗਾ ਉਹ ਬੰਦਾ ਤਾਂ ਸਮਝਦਾਰ ਹੈ ਬਾਕੀ ਜਿਹੜੇ ਬੰਦੇ ਆਮ ਤੁਰੇ ਫਿਰਦੇ ਆ ਆਮ ਦੁਨੀਆ 'ਚ ਨਜ਼ਾਰੇ ਲੈ ਰਹੇ ਆ ਇਹ ਲੋਕ ਧਾਰਾ ਨਾਲ ਜੁੜੇ ਆ ਮਿੱਟੀ 'ਚ ਜੁੜੇ ਹੋਏ ਆ ਜਿਨ੍ਹਾਂ ਨੂੰ ਕੋਈ ਦੁਨੀਆ 'ਚ ਚੱਲਦਾ ਪਿਆ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਆਪਣੀ ਵਧੀਆ ਜ਼ਿੰਦਗੀ ਜੀ ਰਿਹਾ ਉਹ ਉਹਨਾਂ ਨੂੰ ਇਹ ਲੱਗਦਾ ਵੀ ਇਹ ਅਨਪੜ ਗਵਾਰ ਲੋਕ ਹੈ ਵੀ ਇਹਨਾਂ ਨੂੰ ਬਦਲਾ ਲਿਆ ਕੇ ਵਿਗਿਆਨਿਕ ਸੋਚ ਆ ਲਿਆਣਾ ਚਾਹੀਦਾ ਸੋ ਮੈਨੂੰ ਲੱਗਦਾ ਵੀ ਇਹ ਨਿਗਾਰ ਦਾ ਦੌਰ ਹੈ ਵੈਸਟ ਕਰ ਕਰਿਆ ਤੇ ਜੇ ਇਹ ਇੱਥੇ ਆ ਗਿਆ ਤਾਂ ਇਹ ਵੀ ਹਿੱਸਾ ਕਰਕੇਗਾ ਆਪਣੇ ਨੇ ਪੰਜਾਬ 'ਮਾ ਇੱਕ ਬਹੁਤ ਬੜੀ ਲਹਿਰ ਹੋਰ ਵੀ ਚਲਾਈ ਗਈ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਨਾਰੇ ਲਾਵਾ ਵੀ ਜਨਾਨੀਆਂ ਨੂੰ ਯਾਦ ਕਰਾਓ ਜਿਹੜਾ ਜਨਾਨੀਵਾਦ ਹੈ ਇਹ ਵੀ ਮੇਰਾ ਕਹਿੰਦਾ ਪੱਛਮ ਕੀ ਉਹ ਦੇਣਾ ਵੀ ਜਨਾਨੀ ਨੂੰ ਕੱਢ ਕੇ ਬਾਹਰ ਲਿਆਓ ਪਹਿਲਾਂ ਉਹਨੂੰ ਮਤਲਬ ਦੱਸੋ ਵੀ ਤੂੰ ਜਿਹੜਾ ਹੈਗਾ ਘਰਾਂ ਅਜੇ ਕੰਮ ਕਰਦੀ ਹੈਂ ਤਾਂ ਬੜੀ ਘਟੀਆ ਹੈ ਜਾਂ ਛੋਟੀ ਚੀਜ਼ ਹੈ ਇਹੋ ਜੀ ਚੀਜ਼ ਪੇਸ਼ ਕਰੀ ਜਾਵੇ ਮੈਂ ਕਿਤੇ ਕਿਤਾਬ ਪੜ੍ਹ ਰਿਹਾ ਉਹ ਸਮਾਂ ਮੈਨੂੰ ਮੈਂ ਪੜਿਆ ਕਿ ਇਹ ਵੀ ਇੱਕ ਜਨਾਨੀ ਧੀ ਉਹ ਵੀ ਬੀਬੀ ਸ਼ਾਇਦ ਰੂਸਕੀ ਸੀ ਜਿਨੇ ਇਹ ਸਾਰੀ ਫੈਮਿਜਿਜ਼ਮ ਵਾਲਾ ਜਨਾਨੀਵਾਦ ਵਾਲਾ ਰੋਲਾ ਪਾਇਆ ਤੇ ਉਹਨੇ ਦੱਸਿਆ ਵੀ ਜਨਾਨੀ ਜਿਹੜੀ ਹੈਗੀ ਹੈ ਉਹ ਘਰਾਂ ਇੱਕ ਬੰਦੇ ਦੇ ਦਾਬੇ ਦੇ ਵਿੱਚ ਹੈ ਉਸਕੇ ਤਹਿਤ ਜਨਾਨੀ ਪਰ ਪੱਛਮ ਮੈਂ ਕੀ ਹੋ ਰਿਹਾ ਉਹ ਜਨਾਨੀਆਂ ਜਿਹੜੀਆਂ ਹੈਗੀਆਂ ਕਹਿੰਦੇ ਵੀ ਬਹੁਤ ਜ਼ਿਆਦਾ ਬਿਨਾ ਵਿਆਹ ਤੇ ਨਿਆਣੇ ਹੋ ਰਹੇ ਆ ਤੇ ਭਟਕਣਾ ਜਿੱਤਨਾ ਪਹਿਲਾਂ ਕਰੇ ਆਪਾਂ ਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੈ ਉਹ ਸਾਰਾ ਕੁਝ ਇਹਨਾਂ ਸਿੱਜਣ ਦੇ ਪੰਜਾਬ ਮਾਂਗੇ ਵਿੱਚ ਵੀ ਇਹੀ ਰਾਗ ਲੱਪਿਆ ਜਾ ਰਿਹਾ ਦਿਨ ਰਾਤ ਵੀ ਜਨਾਨੀਆਂ ਨੂੰ ਜਾਗ ਕਰਾਇਆ ਜਾਵੇ ਤੇ ਉਸ ਮੁੱਦੇ 'ਤੇ ਬਹੁਤ ਸਾਰੇ ਜਿਹੜਾ ਹੈਗਾ ਪ੍ਰੋਗਰਾਮ ਵੀ ਕਰਾਂ ਲੋਕ ਦੇਖੋ ਤੁਸੀਂ ਇਹ ਦੇਖਿਆ ਹੋਊਗਾ ਵੀ ਪੱਛਮ ਦੇ ਵਿੱਚ ਜਿਹੜੇ ਹੈ ਜਨਾਨੀ ਨੂੰ ਇੱਕ ਪ੍ਰਾਪਰਟੀ ਗਿਣਿਆ ਗਿਆ ਹੂੰ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਤੇ ਉਹਨਾਂ ਨੂੰ ਜ਼ਿਆਦਾ ਮਜ਼ਦੂਰਾਂ ਦੀ ਲੋੜ ਸੀ ਆਮ ਪੱਛਮ ਨੇ ᱛੀਵੀ ਨੂੰ ਬਾਹਰ ਕੱਢਣਾ ਸ਼ੁਰੂ ਕਰ ਲਿਆ ਵੀ ਘਰਾਂ ਚੋਂ ਬਾਹਰ ਰਹਿ ਕੇ ਫੈਕਟਰੀਆਂ ਚ ਕੰਮ ਕਰਨ ਲੱਗਾ ਤਾਂ। ਉਹ ਮਤਲਬ ਘਰਾਂ ਚ ਤਾਂ ᱛੀਵੀ ਜਿਹੜੀ ਸੀ ਰਾਣੀ ਹੁੰਦੀ ਸੀ। ਆਪਣੇ ਆਮ ਘਤਿਆਂ ਚ ਮਾਲਕ ਹੁੰਦੀ ਸੀ। ਘਰ ਚ ᱛੀਵੀ ਦੀ ਹੀ ਚਲਦੀ ਹੁੰਦੀ ਸੀ ਘਰ ਦੇ ਮਸਲਿਆਂ ਚ। ਤੇ ਉਹਨੂੰ ਜਦੋਂ ਕਹਦੋ ਵੀ ਤੂੰ ਇੱਕ ਇੰਡਸਟਰੀਅਲ ਵਰਕਰ ਬਣ ਗਈ ਤਾਂ ਤੂੰ ਆਜ਼ਾਦ ਐ। ਮੈਨੂੰ ਲੱਗਦਾ ਵੀ ਜਿਹੜਾ ਇਹ ਲੈਫਟ ਦੀ ਧਾਰਨਾਵਾ ਨੇ ᱛੀਵੀ ਨੂੰ ਇੱਕ ਗਲੈਮਰ ਡੋਲ ਬਣਾ ਦਿੱਤਾ। ਉਹ ਦੇ ਵਿੱਚ ਆਹ ਕਰਤਾ ਵੀ ਤੂੰ ਗੁਲਾਮ ਹੈ ਜਾਂ ਆਹ ફરਜੀ ਜੇ ਸ਼ਬਦ ਜੀ ਪਿੱਤਰ ਸਤਾ ਆ ਗਈ ਜਾਂ ਕੁਝ ਵੀ ਇਹੋ ਜਿਹਾ ਕੁਝ ਨਹੀਂ ਸੀਗਾ ਤੁਸੀਂ ਇਹ ਦੇਖ ਲਓ ਵੀ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਉਹ ਸੀ ਕੁੜੀ ਜਿਹੜੀ ਸੋਫੀਆ ਬੀਬੀ ਸੀ ਸੋਫੀਆ ਤੇ ਉਹ ਜਨਾਨੀਆਂ ਦੇ ਹੱਕਾਂ ਲਈ ਗੱਲ ਕਰਦੀ ਐ ਇੱਧਰੋਂ ਜਾ ਕੇ ਇਸ ਦੇ ਉਲਟ ਆਪਾਂ ਜਿਆਦਾ ਆਪਣੇ ਖਿੱਤੇ 'ਚ ਦੇਖਦੇ ਆ ਸਾਡੇ ਖਿੱਤੇ ਦੇ ਵਿੱਚ ਜਿਹੜੀ ਧਰਤੀ ਆ ਉਹ ਵੀ ਮਾਂ ਵੈ ਟੀਮੀ ਦੇ ਤੌਰ ਤੇ ਭਗਵਾਨ ਸ਼ੰਕਰ ਦਾ ਰੂਪ ਹੀ ਆਪਾਂ ਦੇਖ ਲਓ ਉਹ ਹੈ ਉਹਨੂੰ ਇੱਕ ਨਰ ਤੇ ਨਾਰੈਣੀ ਰੂਪ ਚ ਹੈ ਠੀਕ ਹੈ ਨਾ ਉਹ ਦੁਨੀਆ ਚ ਕਿੱਥੇ ਮਿਲਦਾ ਦੁਨੀਆ ਚ ਇੱਕ ਪਾਸੇ ਤਾਂ ਤੀਮੀ ਨੂੰ ਜਿਹੜਾ ਹੈ ਨਾ ਮਤਲਬ ਕੋਈ ਰੱਬ ਦਾ ਦਰਜਾ ਵੀ ਨਹੀਂ ਹੈ ਰੱਬ ਬੰਦਾ ਹੈ ਇੱਥੇ ਸ਼ਕਤੀ ਹੈ ਨਰ ਤੇ ਨਾਰੈਣੀ ਇੱਥੇ ਜੇ ਸ਼ਿਵ ਹੈਗਾ ਪੁਰਸ਼ ਦਾ ਸਰੂਪ ਜਾਂ ਬੀਜ ਹੈ ਤੇ ਤੀਮੀ ਜਿਹੜੀ ਹੈ ਉਹ ਸ਼ਕਤੀ ਮੰਨੀ ਗਈ ਹੈ ਸੋ ਐਸਾ ਖਿੱਤੇ ਵਿੱਚ ਤਾਂ ਜਿਹੜੀ ਸੀਗੀ ਸਾਡੀ ਲੋਕਧਾਰਾ ਚ ਤੀਵੀ ਗੁਲਾਮ ਸੀਗੀ ਉਹ ਨਹੀਂ ਕਦੀ ਬੰਦਾ ਤੇ ਤੀਵੀ ਐਸਾ ਸੋਸਾਇਟੀ ਦੇ ਇਹੋ ਜਿਹੇ ਹਿੱਸੇ ਹਨ ਜਿਨ੍ਹਾਂ ਤੋਂ ਬਿਨਾ ਦੁਨੀਆ ਨਹੀਂ ਚੱਲ ਸਕਦੀ ਜੇ ਬੰਦਾ ਕੀ ਹੈ ਕਿ ਦੁਨੀਆ 'ਚ ਦੇਖ ਲਓ ਵੀ ਕੋਈ ਚਾਹੇ ਸਾਡਾ ਵਿਆਹ ਆਰਗ ਇੰਸਟੀਚੂਨ ਹੈ ਜਾਂ ਕੋਈ ਇੰਸਟੀਚੂਨ ਖੜਾ ਹੈ ਬੰਦਾ ਤੇ ਤੀਵੀ ਕਿਸ ਲਈ ਹੈ ਦੁਨੀਆ 'ਚ ਜਿਹੜੀ ਇੱਕ ਰੀਪ੍ਰੋਡਕਸ਼ਨ ਦੀ ਲਗਾਤਾਰਤਾ ਨੂੰ ਤੋਰਨ ਲਈ ਤਾਂ ਹੀ ਦੁਨੀਆ ਚੱਲਦੀ ਰਹੇ ਤੇ ਉਹਦੇ ਵਿੱਚ ਤੀਵੀ ਕੀ ਹੈ ਜਿਹੜੀ ਜਨਮ ਦੇਣ ਵਾਲੀ ਹੈ ਪੁਰਖ ਜਿਹੜਾ ਸਿਰਫ ਬੀਜ ਹੈ ਤੇ ਤੀਵੀ ਤਾਂ ਰੂਪ ਤਾਂ ਵੱਡਾ ਹੈ ਹੁਣ ਜੇ ਸਿਰਫ ਬੱਚੇ ਜਨਨ ਨੂੰ ਇਹ ਕਿਹਾ ਜਾਵੇ ਜੀ ਇਹ ਪਛਾਕੜੂ ਸੋਚ ਹੈ ਜਾਂ ਸਿਰਫ ਤੀਵੀ ਮਸ਼ੀਨ ਹੈ ਤਾਂ ਬੜੀ ਗਲਤ ਧਾਰਨਾ ਹੈ ਮੈਨੂੰ ਲੱਗਦਾ ਬਣਾਇਆ ਜਾ ਰਿਹਾ ਇਸ ਤਰ੍ਹਾਂ ਦਾ ਜਿਹੜੀ ਤੀਵੀ ਨੂੰ ਜਿਹੜੀ ਘਰ ਦੇ ਵਿੱਚ ਸੀਗੀ ਘਰ ਚ ਮਾਲਕ ਸੀਗੀ ਜਿਹੜੀ ਜਿਹਦੀ ਘਰ ਦੇ ਵਿੱਚ ਸਲਾਹ ਮੰਨੀ ਜਾਂਦੀ ਸੀ ਆਪਣੇ ਇਤਿਹਾਸ ਦੇ ਵਿੱਚ ਤਾਂ ਤੀਵੀਆਂ ਰਾਣੀਆਂ ਰਹੀਆਂ ਹੈ ਜਾਂ ਰਾਜ ਕਰਦੀਆਂ ਰਹੀਆਂ ਰਾਜਿਆਂ ਦੀ ਸਲਾਹ ਕਰ ਰਹੀਆਂ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਗੁਲਾਮ ਸੀਗੀ ਤੇ ਨਾ ਹੀ ਕੋਈ ਚ ਗੁਲਾਮੀ ਦੀ ਭਾਵਨਾ ਸੀਗੀ ਘਰ ਤੋਂ ਬਾਹਰ ਕੱਢ ਕੇ ਮਾਰਕੀਟ 'ਚ ਤੀਮੀ ਨੂੰ ਮਾਰਕੀਟ ਦਾ ਪ੍ਰੋਡਕਟ ਬਣਾ ਦੇਣਾ ਉਹ ਮੈਨੂੰ ਨਹੀਂ ਲੱਗਦਾ ਵੀ ਤੀਮੀ ਦੀ ਗੁਲਾਮ ਉਹ ਆਜ਼ਾਦੀ ਹੋਊਗੀ ਉਹਦੇ ਵਿੱਚ ਤਾਂ ਇਹ ਹੈ ਵੀ ਸਿਰਫ ਉਹ ਤੀਮੀ ਨੂੰ ਸ਼ੋਸ਼ਣ ਕਰਨ ਦਾ ਇੱਕ ਨਵਾਂ ਢੰਗ ਲੱਭਦੇ ਆ ਇਪਦਨ ਇੱਕ ਹੋਰ ਵੀ ਚੱਲ ਰਿਹਾ ਜਿਤਨਾ ਉਹ ਵੀ ਉਹਦੇ ਮਿਸ ਵਰਲਡ ਫਲਾਣਾ ਮਿਸਟ ਭਕਾਣਾ ਮਿਸ ਪੰਜਾਬ ਇਹ ਉਹ ਉਸਮਾ ਸਾਰਾ ਕੁਝ ਉਹੀ ਚੱਲ ਰਿਹਾ ਵੀ ਉਹ ਜਨਾਨੀ ਦਾ ਉਹ ਕਰਾਇਆ ਜਾ ਰਿਹਾ ਵੀ ਆ ਦੇਖੋ ਜੀ ਕਿੰਨਾ ਬਹੁਤ ਵਧੀਆ ਮਤਲਬ ਪੇਸ਼ ਕਰ ਰਹੇ ਹਾਂ ਉਹ ਮਤਲਬ ਚੀਜ਼ ਦੇ ਤੌਰ ਪਰ ਹੀ ਕਰਦੇ ਹਾਂ ਮਤਲਬ ਕਿ ਜੇ ਉਹ ਆ ਚੀਜ਼ ਕਰਦੀ ਹੈ ਤਾਂ ਵਧੀਆ ਹੋ ਗਈ ਜਿਹੜੀ ਤੀਮੀ ਵਿਚਾਰੀ ਘਰ ਦਾ ਕੰਮ ਕਰਦੀ ਹੈ ਸਾਰੇ ਕੰਮ ਕਰਨ ਨੂੰ ਮਾਹਰ ਹੈ ਹਾਂ ਮਲਟੀ ਟਾਸਕਿੰਗ ਹੈ ਇੱਕ ਟੱਬਰ ਵੀ ਪਾਲਦੀ ਹੈ ਤਾਂ ਉਹ ਤੀਮੀ ਨਖੇਦ ਹੋ ਗਈ ਮਤਲਬ ਦਾਹੀ ਹੈ ਉਹ ਜਿਹੜੇ ਆ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਸਪான்ਸਰ ਕੌਣ ਕਰਦੇ ਆ ਮਲਟੀਨੇਸ਼ਨਲ ਕੰਪਨੀਆਂ ਕਰਦੀਆਂ ਬਾਜ਼ਾਰ ਹੀ ਕਰਦਾ ਪਿਆ ਬਾਜ਼ਾਰ ਹੀ ਮਿਸ ਵਰਲਡ ਚ ਹੁੰਦਾ ਹੈ ਬਾਜ਼ਾਰ ਹੀ ਮਿਸ ਯੂਨੀਵਰਸ ਚ ਹੁੰਦਾ ਹੈ ਉਹ ਉੱਥੇ ਕੀ ਦੇਖਦੇ ਵੀ ਇਹ ਪ੍ਰੋਡਕਟ ਪਰਚੇਸਿੰਗ ਕਿਸ ਤਰ੍ਹਾਂ ਦੀ ਹੈ ਉੱਥੇ ਦੇ ਮੀਡਲ ਕਲਾਸ ਕਿਸ ਤਰ੍ਹਾਂ ਦਾ ਗਰੋ ਕਰਦਾ ਪਿਆ ਹੈ ਉਹਦੇ ਵਿੱਚੋਂ ਆਪਾਂ ਕੰਜ਼ਿਊਮਰਿਸਟਿਕ ਮਾਰਕੀਟ ਨੂੰ ਕਿੱਦਾਂ ਡਿਵੈਲਪ ਕਰ ਸਕਦੇ ਆ ਇਹ ਹੀ ਤਾਂ ਮੇਨ ਉਹ ਹੈ ਜਿਹੜੇ ਮੂਲ ਧਾਰਨਾਵਾਂ ਵਾ ਜਿਹਦੇ ਕਰਕੇ ਮਿਸ ਵਰਲਡ ਚੁਣੀ ਜਾਂਦੀ ਹੈ ਇਹ ਦੱਸ ਦਿੰਦੇ ਆ ਜੀ ਉਹ 스위밍 ਜਿਆਦਾ ਕਰਦੀ ਆ ਜਾਂ ਬੋਲਦੀ ਕੋਚ ਆ ਉਹ ਤੇ ਦੇਖ ਲੈਣਾ ਜ਼ਿਆਦਾਤਰ ਪ੍ਰੋਗਰਾਮਾਂ ਚ ਕੀ ਹੁੰਦਾ ਵੀ ਉਹ ਤੁਹਾਡੀ ਪ੍ਰੇਰਣਾ ਸਰੋਤ ਕੌਣ ਹੋਊਗਾ ਕੋਈ ਮਦਰ ਟ੍ਰੇਸਾ ਕਹਿ ਦਿੰਦਾ ਕੋਈ ਕਹਿ ਦਿੰਦਾ ਜੀ ਮੈਂ ਸੇਵਾ ਕਰਨਾ ਚਾਹੁੰਦੀ ਆ ਬਸ ਇਹੀ ਕਿਸੇ ਪੇਟੇ ਦੇ ਕੁਐਸਚਨ ਹੁੰਦੇ ਆ ਐਸੇ ਇੱਕ ਜਿਹੜਾ ਹੈਗਾ ਆਪਣੀ ਮੈਂ ਇਸ ਤਰ੍ਹਾਂ ਬਾਤ ਕਰ ਰਹੇ ਤੇ ਪਹਿਲਾਂ ਵੀ ਧਰਤੀ ਵਾਲਾ ਮੁੱਦਾ ਹੈ ਨਹੀਂ ਲੋਕਦਾਰਮ ਧਰਤੀ ਆਪਣੀ ਸਭ ਤੋਂ ਵੱਡੀ ਮਾਂ ਮੰਨੀ ਗਈ ਆ ਹਜ਼ਾਰਾਂ ਸਾਲਾਂ ਦੇ ਪੇ ਖੇਤੀ ਕਰਦੇ ਆ ਰਹੇ ਤੇ ਤੇ ਉਹ ਕੋਈ ਰੇ ਨਹੀਂ ਦਾ ਸਪਰੇ ਨਹੀਂ ਦਾ ਮੱਥਾ ਟੇਕ ਕੇ ਬੀਜ ਪਾਵੇਂ ਤੇ ਫਿਰ ਉਹ ਜਿਹੜਾ ਹੈਗਾ ਜਿਹਾ ਛਿੱਟਾ ਦਮੇ ਦੇ ਤਾਂ ਉਹ ਸਾਰਾ ਕੱਢੇ ਤੇ ਰਾਈਆਂ ਪਾਉਂਦੀਆਂ ਵੀ ਭਾਗੀ ਜਿਹੜਾ ਹਾਲੀ ਪਾਲੀ ਅੰਨੇ ਭਾਗੀ ਸਭ ਨਾਲ ਕੇ ਭਾਗਾਗਾ ਤੇ ਫਿਰ ਵਿਗਿਆਨਕ ਸੋਚ ਆਈਏ ਤਾਂ ਈ ਵੀ ਆਈ ਹੈ ਨਾ ਮੇਰੇ ਖਿਆਲ 70 ਦੇ ਵਿੱਚ ਜਿਹੜਾ ਹੈਗਾ ਰੇਸ ਸਪਰੇ ਵਾਲਾ ਕੰਮ ਸ਼ੁਰੂ ਹੋਇਆ ਤੇ ਉਹਨੇ ਸਾਰੀ ਤਬਾਹੀ ਮਚਾਤੀ ਤੇ ਉਹ ਖੇਤੀ ਵਾਲਾ ਮਾਡਲ ਜਿਹੜਾ ਹਜ਼ਾਰਾਂ ਸਾਲਾਂ ਦਾ ਹੁਣ ਉਹ ਰੱਦ ਕਰ ਤੇ ਉਹ ਰੱਦ ਹੋਣੇ ਕਰਕੇ ਅੱਜ ਪੰਜਾਬ ਦੇ ਵਿੱਚ ਦੇਖੋ ਕਿਆ ਹੋ ਰਿਹਾ ਕਿੰਨਾ ਮਤਲਬ ਆਪਾਂ ਜ਼ਹਿਰ ਤੋ ਵਿਗਿਆਨਕ ਸੋਚਣਾ ਕਹਿੰਦੇ ਬੰਦੇ ਤਾਂ ਕਹਾਂ ਵਿਗਿਆਨਕ ਸੋਚਣਾ ਪੰਜਾਬ ਦੀ ਖੇਤੀ ਤਬਾਹ ਕਰੀ ਹੈ ਦੇਖੋ ਇਹ ਤਾਂ ਵਿਗਿਆਨਿਕ ਸੋਚਤਾ ਹੈਗੀ ਉਹ ਜਿਆ ਵੀ ਜਿਹੜੀ ਤਬਾਹ ਕਰਨ ਦਾ ਦੂਜਾ ਕਾਰਨ ਕੀ ਹੈ ਕਿ ਜਿਹੜੀ ਦੁਨੀਆ ਚ ਗਲੋਬਲਾਈਜੇਸ਼ਨ ਦਾ ਨਵਾਂ ਮਾਡਲ ਹੈ ਮੰਡੀ ਕਰਨ ਜਿਹੜੀ ਹੈ ਵੱਡੀ ਮੰਡੀ ਜਿਹੜੀ ਕਾਰਪੋਰੇਟ ਮੰਡੀ ਹੈ ਉਹ ਇਹਦੇ ਵਿੱਚ ਬਰਾਬਰ ਦੀ ਜਮੇਆਰ ਹੈ ਤੁਸੀਂ ਇਹ ਦੇਖ ਲਓ ਵੀ ਮੈਂ ਕਿਤੇ ਪੜਿਆ ਸੀਗਾ ਵੀ ਆਦੀਵਾਸੀ ਇਲਾਕੇ ਦੇ ਵਿੱਚ ਜਿਹੜੇ ਉਹ ਰੱਬ ਨੂੰ ਤਿਆਕੇ 15 16 ਫਸਲਾਂ ਦਾ ਸੱਟਾ ਦੇ ਦਿੰਦੇ ਸੀਗੇ ਤੇ ਉਹਨਾਂ ਦੇ ਖਾਣ ਦੀ ਕਦੀ ਵੀ ਕਮੀ ਨਹੀਂ ਆਈ ਕਦੀ ਉੱਥੇ ਕਾਲ ਨਹੀਂ ਪਿਆ ਕਦੀ ਉੱਥੇ ਸੁੰਡੀ ਨਹੀਂ ਉਹ ਇੱਕ ਫਸਲ ਨਹੀਂ ਹੁੰਦੀ ਸੀ ਤੇ ਦੂਜੀ ਹੋ ਜਾਂਦੀ ਸੀ ਤੇ ਉਹ ਰੱਬ ਤੇ ਯਕੀਨ ਵੀ ਸੀਗਾ ਤੇ ਉਹਨਾਂ ਦੇ ਰਵਾਇਤੀ ਢੰਗ ਸੀਗੇ ਤੇ ਹੁਣ ਉਹਨਾਂ ਰਵਾਇਤੀ ਢੰਗਾਂ ਤੇ ਸਰਕਾਰਾਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਰਿਸਰਚ ਕਰਦੀਆਂ ਪਈਆਂ ਤੇ ਉਹ ਕਹਿੰਦੇ ਵੀ ਇਹ ਕਮਾਲ ਦੀ ਗੱਲ ਹੈ ਕਿ ਘੱਟੋ-ਘੱਟ ਇਹਨਾਂ ਨੂੰ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਵੀ ਫੂਡ ਕ੍ਰਾਈਸਿਸ ਨਹੀਂ ਆਣ ਦੇ ਰਹੀ ਹੁਣ ਕੀ ਹੋ ਰਿਹਾ ਜਿਹੜਾ ਪੰਜਾਬ ਹੈ ਪੰਜਾਬ ਦਾ ਜਿਹੜਾ ਠੀਕ ਆ ਵੀ ਆਪਾਂ ਦੇਖਦੇ ਆਂ ਵੀ ਸ਼ਾਇਦ ਅਰਥਚਾਰੇ 'ਚ ਥੋੜਾ ਬੋਤਾ ਕੁਝ ਦਿਖਦਾ ਹੋਊਗਾ ਪਰ ਉਹਦੇ ਨਾਲ ਪੰਜਾਬ ਜਿਹੜਾ ਸੀਗਾ 1970 ਤੋਂ ਪਹਿਲਾਂ ਕਿਸਾਨ ਐਡਾ ਕਰਜ਼ਾਈ ਨਹੀਂ ਸੀਗਾ ਦੂਜੀ ਗੱਲ ਕੀ ਹੈ ਕਿ ਜਿਹੜਾ ਗਲੋਬਲਾਈਜੇਸ਼ਨ ਦਾ ਮਾਡਲ ਹੈ ਆਪਾਂ ਕਹਿੰਨੇ ਆਂ ਵੀ ਉੱਤਮ ਖੇਤੀ ਮਦਮ ਵਪਾਰ ਕਰੇ ਨੌਕਰੀ ਧੱਕੇਚਾਰ ਤੇ ਖੇਤੀ ਜਿਹੜੀ ਆ ਉਹ ਕਦੀ ਵੀ ਇੱਕ ਮਾਰਕੀਟ ਦਾ ਉਸ ਤਰ੍ਹਾਂ ਦਾ ਹਿੱਸਾ ਨਹੀਂ ਸੀ ਖੇਤੀ ਨੂੰ ਇੱਕ ਪਵਿੱਤਰ ਜਾਂ ਜੀਵਨ ਧਾਰਾ ਦਾ ਹਿੱਸਾ ਮੰਨਿਆ ਗਿਆ ਸੀ ਧੰਦਾ ਨਹੀਂ ਤਾਂ ਉਸ ਤਰ੍ਹਾਂ ਹਾਂ ਧੰਦਾ ਨਹੀਂ ਸੀਗਾ ਜਾਂ ਨੌਕਰੀ ਨਹੀਂ ਆਪਾਂ ਮੰਨ ਸਕਦੇ ਉਹ ਕੀ ਸੀਗਾ ਆਪਣੇ ਆਪ ਲਈ ਆਪ ਉਗਾ ਕੇ ਖਾਣਾ ਜਾਂ ਆਪਾਂ ਕਹ ਲਈਏ ਕਿ ਬੰਦੇ ਦੀ ਖੁਦ ਮੁਖਤਿਆਰ ਪਾਤਸ਼ਾਹੀ ਦਾਵਾ ਉਹੀ ਹੈ ਵੀ ਜਦ ਬੰਦਾ ਫੂਡ ਲਈਏ ਜਿਹੜਾ ਖੁਦ ਹੀ ਧਰਤੀ ਤੋਂ ਲੈਂਦਾ ਕਿਸੇ ਤੇ ਨਿਰਭਰ ਨਹੀਂ ਆ ਪਰ ਹੁਣ ਜਿਹੜੀ ਗਲੋਬਲ ਜਿਹੜੀ ਖੇਤੀ ਦਾ ਮਾਡਲ ਆਇਆ ਹੈ ਪੰਜਾਬ ਦੇ ਵਿੱਚ ਇੱਕ ਤਾਂ ਇਹ ਹੈ ਵੀ ਜਿਹੜੀ ਇਹ ਦੁਨੀਆ ਦੇ ਅਰਥਚਾਰੇ ਤੇ ਦਿਖਦਾ ਹੀ ਪਈ ਆ ਵੀ ਉੱਪਰਲੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਕਮਾਂਤਰੀ ਮੰਡੀ ਦੀ ਕੀ ਲੋੜ ਹੈ ਕਮਾਂਤਰੀ ਕਾਰਪੋਰੇਟ ਘਰਾਣਿਆਂ ਦੀ ਕੀ ਲੋੜ ਹੈ ਉਹ ਉਸ ਤੋਂ ਬਾਅਦ ਫਿਰ ਆਸੇ ਪਾਸੇ ਦੇ ਆ ਜਾਂਦੇ ਆ ਜਿਹੜਾ ਕਿਸਾਨ ਹੈ ਉਹ ਬਿਲਕੁਲ ਹੇਠਲੇ ਲੈਵਲ ਤੇ ਇੱਕ ਪ੍ਰੋਡਿਊਸਰ ਰਹਿ ਜਾਂਦਾ ਹੈ ਸਾਡੀ ਮਤਲਬ ਜਿਹੜੀ ਸਿਚੁਏਸ਼ਨ ਹੈ ਨਾ ਤੁਸੀਂ ਇਹ ਦੇਖ ਲਓ ਕਿ ਅੱਜ ਯੂਰਪ ਦੇ ਵਿੱਚ ਜ਼ਿਆਦਾਤਰ ਮੁਲਕਾਂ ਦੇ ਵਿੱਚ ਕੋਈ ਖੇਤੀ ਉਪਜ ਨਹੀਂ ਹੁੰਦੀ। ਕੈਨੇਡਾ 'ਚ ਨਹੀਂ ਹੁੰਦੀ। ਜਿਹੜੀ ਖੇਤੀ ਉਪਜਾਂ ਜਾਂ ਆਹ ਰਾ ਮਟੀਰੀਅਲ ਹੈ ਜਾਂ ਇਵਨ ਮਿਨਰਲਸ ਹੈ ਉਹ ਅਫਰੀਕਾ ਤੋਂ ਆ ਰਹੀ ਹੈ। ਯੂਰਪ ਦੇ ਵਿੱਚ ਗਰੀਬ ਮੁਲਕਾਂ 'ਚ। ਉਹਨਾਂ ਕੋਲ ਦੇਖੋ ਸਾਰੇ ਮਿਹਨਤੀ ਵੀ ਆ, ਚੰਗੀ ਖੇਤੀ ਵੀ ਆ ਪਰ ਫਿਰ ਵੀ ਉਹ ਲੋਕ ਬੜੇ ਮਾੜੇ ਦੌਰ 'ਚ ਗੁਜ਼ਰ ਰਹੇ ਆ। ਤੋ ਇਸੇ ਕਰ ਰਹੇ ਕਿਉਂਕਿ ਉਹ ਮੰਡੀਕਰਨ ਦਾ ਦੁਨੀਆ ਦੇ ਗਲੋਬਲਾਈਜੇਸ਼ਨ ਦਾ ਜਿਹੜਾ ਨਾ ਕਾਰਪੋਰੇਟ ਕਰਾਨੇ ਆ ਤੇ ਗੁਲਾਮ ਬਣੇ ਹੋਈ ਹੈ ਉਹਦੇ ਵਿੱਚ ਉਹਨਾਂ ਦੀ ਆਪਣੀ ਕੋਈ ਖੁਦਮੁਖਤਿਆਰ ਹੋਣੀ ਆਪਣੀ ਮਰਜ਼ੀ ਨਹੀਂ ਆ ਉਹ ਮੰਡੀ ਨਾਲ ਵੱਜ ਗਏ ਆ ਬਲਕਿ ਮੋਡਲ ਜਿਹੜਾ ਸੀਗਾ ਇੱਥੇ ਤਾਂ ਰਵਾਇਤੀ ਉਹ ਕੀ ਸੀਗਾ ਪਹਿਲਾ ਬੰਦਾ ਆਪਣੇ ਲਈ ਬੀਜ ਦਾ ਸੀ ਆਪਣੇ ਨਾਲ ਕੀ ਹੁੰਦਾ ਸੀ ਸਾਡਾ ਜਿਹੜਾ ਪਿੰਡ ਕਉਣਵਾ ਜਿਹੜਾ ਸੀਗਾ ਇੱਕ ਪਿੰਡ ਵੱਜਦਾ ਸੀਗਾ ਸਾਰੇ ਪਿੰਡ ਦੀ ਲੋੜ ਉਹ ਸੀ ਸਾਰੇ ਪਿੰਡ ਦੇ ਵੱਖ-ਵੱਖ ਜਿਹੜੇ ਭਾਈਚਾਰੇ ਸੀ ਉਸ ਖੇਤੀ 'ਚ ਹਿੱਸੇਦਾਰ ਹੁੰਦੇ ਸੀ ਚਾਹੇ ਕੋਈ ਖੇਤੀ ਲਈ ਹੱਲ ਬਣਾਉਂਦਾ ਸੀਗਾ ਜਾਂ ਸੰਦ ਬਾਕੀ ਬਣਾਉਂਦਾ ਸੀ ਜਾਂ ਕਹਿ ਲਓ ਕਿ ਕੋਈ ਮਹਿਰਾ ਸੀਗਾ ਉਹ ਪਾਣੀ ਲਾਂਦਾ ਹੁੰਦਾ ਸੀਗਾ ਸਾਰਿਆਂ ਦਾ ਇੱਕ ਭਾਈਚਾਰਕ ਮਤਲਬ ਉਹਦੇ ਵਿੱਚ ਹਿੱਸੇਦਾਰੀ ਹੁੰਦੀ ਸੀ ਇੱਕ ਕਲੈਬੋਰੇਸ਼ਨ 'ਚ ਇੱਕ ਜਿਹੜੀ ਇਕਨੋਮੀ ਸਰਜੀ ਜਾਂਦੀ ਸੀ ਸਾਰੇ ਮਤਲਬ ਉਸ ਦੇ ਆਸੇ-ਪਾਸੇ ਬੰਨੇ ਹੋਏ ਸੀ ਹੁਣ ਕੀ ਹੋ ਰਿਹਾ ਕਿ ਉਹਦੇ ਵਿੱਚ ਕੀ ਆ ਗਿਆ ਫਿਰ ਪੈਸਾ ਵੜ ਗਿਆ ਵਪਾਰ ਜ਼ਿਆਦਾ ਵੜ ਗਿਆ ਉਹਦੇ ਨਾਲ ਕੀ ਹੋ ਗਿਆ ਆ ਜਿਹੜਾ ਪਿੰਡ ਦਾ ਜਿਹੜਾ ਆ ਆਪਸ 'ਚ ਕਲੈਬੋਰੇਸ਼ਨ ਸੀ ਉਹ ਟੁੱਟ ਗਈ ਹੁਣ ਪਿੰਡ ਲਈ ਇਹ ਪਿੰਡ ਦੀ ਮੰਗ ਲਈ ਖੇਤੀ ਨਹੀਂ ਹੋ ਰਹੀ ਜਿਹੜੀ ਕਿ ਲੋਕਲ ਉਹ ਹੈ ਲੋਕਲ ਇਕਨੋਮੀ ਜਿਹੜੀ ਹੈ ਇਵਨ ਕਿ ਗਾਂਧੀ ਦਾ ਜਿਹੜਾ ਮਾਡਲ ਹੈ ಗ್ರಾಮ ਸਵਰਾਜ ਤੇ ਹੈ ਉਹ ਕਹਿੰਦਾ ਵੀ ਪਿੰਡ ਮੁਕਤ ਖੁਦ ਮੁਖਤਿਆਰ ਰਵੇ ਇਵਨ ਪ੍ਰਾਣੀਆਂ ਜਿਹੜੀਆਂ ਪੰਜ ਤਰ ਤਰਦੀਆਂ ਕਹਾਣੀਆਂ ਵੀ ਹੈ ਹਿੰਦੂ ਮਿਥਾਂ ਦੀਆਂ ਉਹ ਇਹੀ ਹੈ ਕਿ ਪਿੰਡ ਨੂੰ ਇੱਕ ਭਾਈਚਾਰਕ ਯੂਨਿਟ ਮੰਨੇ ਆ ਤੇ ਕਿਸਾਨ ਖੇਤੀ ਕਰਦਾ ਤੇ ਸਾਰਾ ਪਿੰਡ ਖੜਾ ਨਾਲ ਉਤ ਤੋਂ ਬਾਅਦ ਆਸੇ ਪਾਸੇ ਦਾ ਖਿੱਤਾ ਆ ਜਾਂਦਾ ਉਤ ਤੋਂ ਬਾਅਦ ਫਿਰ ਸਟੇਟ ਆ ਜਾਂਦੀ ਹੈ ਫਿਰ ਉਤ ਤੋਂ ਬਾਅਦ ਤੇ ਜਿਹੜਾ ਗਲੋਬਲ ਫੀਨੋਮਨਾ ਉਹ ਸਰਪਲਸ ਜਦੋਂ ਐਂਡ 'ਚ ਬਚਿਆ ਖੋਜਿਆ ਉਹ ਬਾਹਰਲੀ ਮੰਡੀ 'ਚ ਸੁੱਟ ਜਾਂਦਾ ਹੁਣ ਜਦ ਤੱਕ ਆਪਾਂ ਉਸ ਚੀਜ਼ ਤੇ ਨਹੀਂ ਮੁੜਾਂਗੇ ਤਾਂ ਕਿਸਾਨ ਜਿਹੜਾ ਆਜ਼ਾਦ ਨਹੀਂ ਹੋ ਪਾਊਗਾ ਇਹਦੇ ਉਲਟ ਕੀ ਹੋ ਰਿਹਾ ਵੀ ਦੁਨੀਆ ਦੇ ਵਿੱਚ ਜਿੰਨੀਆਂ ਕਿ ਯੂਨੀਅਨਾਂ ਖੜੀਆਂ ਆ ਉਹ ਲੜਾਈ ਉਹੀ ਲੜ ਰਹੀਆਂ ਜਿੱਥੇ ਕੀ ਉਹਨਾਂ ਨੂੰ ਕਾਰਪੋਰੇਟ ਲੈ ਕੇ ਆਉਣਾ ਚਾਹੁੰਦੇ ਆ ਜੀ ਐਮਐਸਪੀ ਦੀ ਲੜਾਈ ਐਮਐਸਪੀ ਕਦੀ ਵੀ ਕਿਸਾਨ ਨੂੰ ਆਜ਼ਾਦ ਨਹੀਂ ਕਰਾ ਸਕਦੀ ਪੰਜਾਬ ਮਾ ਤਾਂ ਸਾਰਾ ਪਿੱਛੇ ਘੋਲ ਹੀ ਹੋਇਆ ਜੀਰੀ ਪਰ ਐਮਐਸਪੀ ਹੁਣ ਆਪਣਾ ਜਿੰਨੇ ਵੀ ਕਾਮਰੇਡ ਜਥੇਬੰਦੀਆਂ ਸਾਰਾ ਉਹੀ ਰੌਲਾ ਚੱਲ ਰਿਹਾ ਐਮਐਸਪੀ ਵਾਲਾ ਦੇਖੋ ਉਹ ਉਹ ਉਸ ਹੱਬ ਨਾਲ ਹੈ ਇਹਦੇ ਵਿੱਚ ਦੋ ਚੀਜ਼ਾਂ ਦਾ ਫਰਕ ਕਰਨਾ ਜ਼ਰੂਰੀ ਹੈ ਇੱਕ ਤਾਂ ਇਹ ਵੀ ਕਿਸਾਨ ਦੀ ਲਾਗਤ ਤੇ ਉਹਦਾ ਇੱਕ ਮਾਰਜਨ ਉਹ ਜ਼ਰੂਰੀ ਹੋਣਾ ਚਾਹੀਦਾ ਹੈ ਉਹ ਤਾਂ ਕਿਸੇ ਵੀ ਧੰਦੇ 'ਚ ਹੈ ਕੋਈ ਵੀ ਆਪਾਂ ਦੁਕਾਨਦਾਰੀ ਵੀ ਕਰਦੇ ਆ ਉਹ ਤਾਂ ਹੁੰਦਾ ਹੀ ਆ ਉਹਦਾ ਇੱਕ ਮਾਰਜਨ ਤਾਂ ਹੋਣਾ ਚਾਹੀਦਾ ਵੀ ਜਿਹਦੇ ਤੇ ਉਹਦਾ ਕਿਸੇ ਤਰ੍ਹਾਂ ਦਾ ਉਹਨੂੰ ਘਾਟਾ ਨਾ ਪਵੇ ਪਰ ਇਹ ਜਦ ਆਪਾਂ ਦੇਖੀਏ ਵੀ ਦੁਨੀਆ ਵੀ ਮੰਡੀ ਤੈਅ ਕਰੂਗੀ ਵੀ ਇਹਦੇ ਕੀ ਉਪਜ ਆ ਜਾਂ ਸਰਪਲਸ ਉਹ ਤੈਅ ਕਰਦੇ ਆ ਜਦੋਂ ਜ਼ਿਆਦਾ ਕੁਝ ਹੋ ਜਾਂਦਾ ਉਦੋਂ ਚੱਕ ਵੀ ਨਹੀਂ ਪਾਂਦੇ ਤੇ ਉਹ ਚੀਜ਼ ਰੁਲਦੀ ਹੈ ਸੋ ਮਤਲਬ ਜਿਹੜੀਆਂ ਆਪਾਂ ਲੈਫਟ ਦੀ ਜਿਹੜਾ ਲੈਫਟ ਜਾਂ ਰਾਈਟ ਦੀ ਧਾਰਨਾ ਵੈ ਤੇ ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਨਾਲ ਹੀ ਗਲੋਬਲ ਫੀਨੋਮਿਨ ਨਾਲ ਹੀ ਵੱਜਿਆ ਹੋਇਆ ਹੈ ਉਹਦੇ ਵਿੱਚ ਜਸਟ ਕੀ ਕਹਿ ਦਿੰਦੇ ਆ ਕਿ ਉਹ ਜੇ ਕੈਪੀਟਲਿਸਟ ਨਹੀਂ ਆ ਤਾਂ ਦੂਜਿਆਂ ਨੂੰ ਖੜਾ ਕਰ ਦਿੰਦੇ ਆ ਬਟ ਹੈ ਸਾਰਾ ਕੁਝ ਮਤਲਬ ਕਿ ਜਿਹੜਾ ਲੈਫਟ ਦਾ ਵੀ ਉਹ ਹੈ ਉਹ ਵੀ ਸਿਰਫ ਇੱਕ ਮਟੀਰੀਅਲਿਸਟਿਕ ਵੇ ਕੀ ਹੈ ਕਿ ਪੈਸੇ ਦਾ ਉਹ ਹੈ ਉਹਦੇ ਵਿੱਚ ਤੁਹਾਡੀ ਰੂਹ ਨਹੀਂ ਹੈਗੀ ਰੂਹਦਾਰੀ ਨਹੀਂ ਹੈ ਉਹਦੇ ਵਿੱਚ ਤੁਹਾਨੂੰ ਇੱਕ ਤੁਹਾਡੀਆਂ ਆਮ ਭਾਵਨਾਵਾਂ ਜਾਂ ਆਮ ਮੋਹ ਪਿਆਰ ਹੈ ਜਾਂ ਉਹ ਕੁਝ ਨਹੀਂ ਹੈ ਉਹ ਇੱਕ ਰਿਜਰਟ ਬਣਾਇਆ ਹੋਇਆ ਕਿ ਤੁਸੀਂ ਸਿਰਫ ਆਪਣੇ ਸਰਪਲਸ ਫਾਇਦੇ ਲਈਏ ਉਹ ਮਨਾਫਕ ਹੋਰੀ ਦੇ ਵਿੱਚੋਂ ਹਿੱਸਾ ਜ਼ਿਆਦਾ ਲੈਣਾ ਅਦਰਵਾਈਜ਼ ਕੋਈ ਹੋਰ ਹੋਣੀ ਹੈ ਇੱਕ ਤਰ੍ਹਾਂ ਮਤਲਬ ਕਿ ਤੁਹਾਨੂੰ ਰਿਜਿਡਲੀ ਉਹ ਇੱਕ ਮਸ਼ੀਨ ਦੀ ਤਰ੍ਹਾਂ ਉਹ ਕਰ ਦਿੰਦੇ ਆ ਵੀ ਤੁਸੀਂ ਪ੍ਰੋਡਿਊਸ ਕਰੋ ਪਰ ਆਪ ਦਾ ਹਿੱਸਾ ਜ਼ਿਆਦਾ ਰੱਖੋ ਉਹ ਟਰੰਬ ਬਿਲਕੁਲ ਇੰਟਰਨੈਸ਼ਨਲ ਫੀਨੋਮਿਨਾ ਦੇ ਨਾਲ ਹੀ ਰੋਲ ਮਿਲਦੀ ਜੁਲਦੀ ਆ ਬਸ ਇਹ ਵੀ ਉਹਦੇ ਵਿੱਚੋਂ ਵੱਡੇ ਕਾਰਪੋਰੇਟ ਨਿਕਲ ਜਾਂਦੇ ਆ ਜਾਂ ਹੋਰ ਕੋਈ ਸ਼ਕਤੀਆਂ ਆ ਜਾਂਦੀਆਂ ਮੈਂ ਕਹਿ ਰਿਹਾ ਵੀ ਜਿਹੜੀਆਂ ਸਥਾਨਿਕਤਾ ਹੈ ਉਹਦੀ ਮੰਗ ਦੇ ਮੁਤਾਬਿਕ ਖੇਤੀ ਦਾ ਮਾਡਲ ਖੜਾ ਹੋਣਾ ਚਾਹੀਦਾ ਹੈ ਉਹਦੇ ਵਿੱਚੋਂ ਹੀ ਉੱਪਰਲਾ ਸੋਚਣਾ ਚਾਹੀਦਾ ਦੂਜੀ ਗੱਲ ਕੀ ਹੈ ਵੀ ਕਿਤੇ ਵੀ ਇਹ ਗੱਲ ਨਹੀਂ ਹੋ ਰਹੀ ਅੱਜ ਦੁਨੀਆ 'ਚ ਖੇਤੀ 'ਚ ਸਬਸਿਡੀਆਂ ਖਤਮ ਹੋ ਰਹੀਆਂ ਕਿਸਾਨ ਨੂੰ ਵੱਧ ਮੁੱਲ ਦੇਣ ਦੀ ਤਾਂ ਗੱਲ ਹੋ ਰਹੀ ਹੈ ਇਹ ਨਹੀਂ ਹੋ ਰਹੀ ਵੀ ਖੇਤੀ ਦੀ ਲਾਗਤ ਕਿਦਾਂ ਕੱਟੀ ਜਾਵੇ ਖੇਤੀ ਤੇ ਜੋ ਹੁਣ ਆਪਾਂ 30 40 ਸਾਲ ਦੇ ਵਿੱਚ ਐਡਾ ਪ੍ਰੈਸ਼ਰ ਆ ਗਿਆ ਰਿਹਾ ਸਪਰੇਆਂ ਆ ਗਈਆਂ ਮਤਲਬ ਝਾੜ ਵੀ ਜਿਆਦਾ ਮਿਲਣ ਲੱਗ ਗਿਆ ਪਰ ਕਿਸਾਨ ਕਰਜ਼ੇਦਾਰ ਵੀ ਜਿਆਦਾ ਹੋਇਆ ਕਿਸਾਨ ਖੁਦਕੁਸ਼ੀਆਂ ਵੱਲ ਵੀ ਜਿਆਦਾ ਹੋ ਰਿਹਾ ਹੈ ਇਹਦਾ ਮਤਲਬ ਚਾਹੇ ਉਹ ਅਮੀਰ ਹੋ ਰਿਹਾ ਪਰ ਉਹ ਦਿਨੋਂ ਦਿਨ ਦਿੱਕਤਾਂ ਉਹਦੀਆਂ ਵੱਧਦੀਆਂ ਜਾ ਰਹੀਆਂ ਆ ਉਹਦੇ ਖਰਚੇ ਵੀ ਤਾਂ ਉਨੇ ਹੀ ਵੱਧ ਰਹੇ ਐ ਤੇ ਉਹ ਖਰਚੀਲੀ ਖੇਤੀ ਹੈ ਜਿਹੜੀ ਉਹਦਾ ਕੋਈ ਤੋੜ ਜਿਹੜੀਆਂ ਕਿਸਾਨ ਯੂਨੀਅਨ ਆ ਜਾਂ ਰਵਾਇਤੀ ਗੱਲ ਕਰਨ ਵਾਲੀ ਆ ਲੈਫਟ ਵੀ ਹੈ ਉਹ ਨਹੀਂ ਦੇ ਪਾ ਰਿਹਾ ਤੇ ਦਿੱਕਤ ਉੱਥੇ ਆ ਰਹੀ ਹੈ ਤੇ ਉਹ ਛੱਡੋ ਵੀ ਆਪਾਂ ਕਿਸੇ ਗੱਲ ਸਹਿਮਤ ਨਹੀਂ ਹੈਗੇ ਪਰ ਪੰਜਾਬ ਮੈਨੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਚੈਨਲ ਬੰਦ ਹੋਏ ਪੁਲਿਸ ਆਪਣੇ ਪੱਤਰਕਾਰ ਫੜੇ ਗਏ ਬੀਬੀਆਂ ਜਿਹੜੀ ਪੱਤਰਕਾਰ ਉਹਨਾਂ ਦੇ ਘਰਾਂ ਪੁਲਿਸ ਗਈ ਜਦ ਨਹੀਂ ਕੋਈ ਵੀ ਕੁਸਕਿਆ ਕੋਈ ਵੀ ਕਾਮਰੇਡ ਉੱਥੇ ਦਿੱਲੀ ਜਾ ਕੇ ਧਰਨੇ ਦੇ ਵਿੱਚ ਬੈਠੇ ਆ ਉਰੇ ਕੋਈ ਨਹੀਂ ਕੁਸਕਦਾ ਵੀ ਪੰਜਾਬ ਮਨੁੱਖੀ ਆ ਪਿੱਛੇ ਜਦ ਤੱਕ ਆਪਣੇ ਕਿਸਾਨੀ ਕੋਲਚਾਰਿਆਂ ਦਾ ਟਿਕਰੀ ਬਾਰਡਰ ਦੇ ਉੱਪਰ ਤਾਂ ਇਹਨੇ ਧਰਨਾ ਲਾਇਆ ਤਾਂ ਵੀ ਉਹ ਜਿਹੜੇ ਭੀਮਾਪੂਰੇ گاؤں ਵਾਲੇ ਫੜੇ ਹੋਏ ਆ ਗ੍ਰਾਹਕ ਗਰੁੱਪ ਨੇ ਬਹੁਤ بڑا ਖੜਾ ਲਾਇਆ ਬੀਬੀਆਂ ਬਹੁਤ ਇਕੱਠੀ ਕਰੀ ਤੇ ਪਰ ਪੰਜਾਬ ਇੰਨੀ ਮਤਲਬ ਨੇਹਰ ਕਰਦੀ ਚਲੀਏ ਬੱਦੇ ਕੁਸਕੀ ਨਹੀਂ ਹੈਗੇ ਅਸਲ ਅਸਲ ਚ ਪਤਾ ਕੀ ਹੈ ਇਹ ਪਹਿਲੀ ਗੱਲ ਤਾਂ ਇਹ ਲੈਫਟ ਜਿਹੜਾ ਆਪਣੇ ਆਪ ਨੂੰ ਦਾਵਾ ਕਰਦਾ ਲੈਫਟ ਹੈ ਹੀ ਨਹੀਂ ਆ ਦੂਜੀ ਗੱਲ ਕੀ ਹੈ ਕਿ ਇਹ ਜਿਹੜਾ ਇੱਕ ਪਾਸੇ ਜਿੱਦਾਂ ਆਪਾਂ ਕਹਿੰਦੇ ਹਿੰਦੂਤਵਾ ਤੇ ਇਹ ਵੀ ਅਲਟਰਾ ਨੈਸ਼ਨਲਿਸਟ ਵਰਜਨੀਆਂ ਉਹਨਾਂ ਦਾ ਜਿਹੜਾ ਕਿ ਉਹਦਾ ਹੀ ਰੂਪ ਹੈ ਇਹ ਆਪਣੇ ਆਪ ਨੂੰ ਹਿੰਦੂਤਵਾ ਨਹੀਂ ਕਹਾਂਦਾ ਆਪਣੇ ਆਪ ਨੂੰ ਲਿਬਰਲ ਤੇ ਰਾਸ਼ਟਵਾਦੀ ਹੈਗੇ ਆ ਹੁਣ ਉਹ ਇੱਕ ਉਹ ਜਿਹੜੇ ਭਗਤ ਸਿੰਘ ਦਾ ਇੱਕ ਰਿਸ਼ਤੇਦਾਰ ਹੈ ਪ੍ਰੋਫੈਸਰ ਉਹ ਕਹਿੰਦਾ ਵੀ ਰਾਸ਼ਟਵਾਦ 네ਗੇਟਿਵ ਜਾਂ ਪੋਜ਼ਿਟਿਵ ਹੁੰਦਾ ਹੈ ਰਾਸ਼ਟਵਾਦ ਤਾਂ ਰਾਸ਼ਟਵਾਦ ਆ ਉਹਨੇ ਕਿਤਾਬ ਵੀ ਛਾਪੀ ਹੈ ਵੀ 네ਗੇਟਿਵ ਪੋਜ਼ਿਟਿਵ ਹਾਂ ਕਹਿੰਦਾ ਉਹ ਜਿਹੜਾ ਭਗਤ ਸਿੰਘ ਵਾਲਾ ਰਾਸ਼ਟਵਾਦ ਸੀਗਾ ਉਹ ਪੋਜ਼ਿਟਿਵ ਸੀਗਾ ਬਾਕੀ ਜਿਹੜਾ ਉਹ 네ਗੇਟਿਵ ਹੈ ਤਾਂ ਉਸ ਉਹ ਹਿਸਾਬ ਨਾਲ ਖਿੱਤੇ ਨੂੰ ਦੇਖਦੇ ਭਈ ਆ ਉਹ ਦੂਸਰੀ ਗੱਲ ਇਹ ਆ ਵੀ ਉਹਨਾਂ ਦੀ ਦਿੱਕਤ ਕੀ ਆ ਵੀ ਪੰਜਾਬ ਚ ਸਿੱਖ ਜਿਹੜੇ ਆ ਉਹ ਉਹ ਕਹਿੰਦੇ ਆ ਵੀ ਇਹਨਾਂ ਨੂੰ ਆਪਦੀਆਂ ਡਿਮਾਂਡਸ ਰੱਖਣ ਦਾ ਹੱਕ ਨਹੀਂ ਹੈ ਉਹ ਦੂਜੀ ਗੱਲ ਇਹ ਹੈ ਵੀ ਇੱਕ ਸਿੱਖ ਜਿਹੜੇ ਆ ਜਦ ਇੰਡੀਆ ਪਾਕਿਸਤਾਨ ਟੂ ਨੇਸ਼ਨ ਥਿਊਰੀ ਤੇ ਬਣੇ ਆ ਤਾਂ ਉਹਦੇ ਵਿੱਚੋਂ ਇੱਕ Hindu India ਬਣਿਆ ਤੇ ਦੂਜਾ ਪਾਕਿਸਤਾਨ ਮੁਸਲਮਾਨ ਪਾਕਿਸਤਾਨ ਬਣਿਆ ਉਹਦੇ ਵਿੱਚੋਂ ਜਿਹੜੀ 3rd ਕੌਮ ਸੀਗੀ ਸਿੱਖ ਜਿਹੜੀ ਉਸ ਵੇਲੇ ਧਿਰ ਮੰਨੀ ਗਈ ਸੀ ਉਹਨੇ ਵਿਦਨ ਹਿੰਦੂ ਇੰਡੀਆ ਨਾਲ ਆਪਣੀ ਇੱਕ ਕਲੈਬੋਰੇਸ਼ਨ ਦਿਖਾਈ ਵੀ ਹੈ ਸਾਡਾ ਚਲੋ ਸੱਭਿਆਚਾਰਕ ਤੁਹਾਡੇ ਨਾਲ ਨਾਤਾ ਰਿਹਾ ਹੈ ਪੁਰਾਣਾ ਤੇ ਅਸੀਂ ਤੁਹਾਨੂੰ ਮੰਨਦੇ ਆ ਬਟ ਤੁਹਾਡੇ ਤੁਸੀਂ ਸਾਨੂੰ ਵਿਦਨ ਹਿੰਦੂ ਇੰਡੀਆ ਦੇ ਵਿੱਚ ਸਾਡਾ ਇੱਕ ਹੋਮਲੈਂਡ ਦੇ ਦਿਓ ਵਿਦਨ ਆਟੋਨੋਮਸ ਖੇਤਰ ਦੇ ਦਿਓ ਜਿਹਦੇ ਵਿੱਚ ਸਾਡਾ ਧਰਮ ਸਾਡਾ ਸੱਭਿਆਚਾਰ ਸਲਾਮਤ ਰਹੇ ਹੁਣ ਇਹ ਦੇਖ ਲਓ ਇਹ ਸਾਰੀ ਪੂਰੀ ਇੰਡੀਆ ਪਾਕਿਸਤਾਨ ਬਣਨ ਦੇ ਪਿੱਛੇ ਜੇ 37 ਕਰੋੜ ਜਿਹੜੀ ਭਾਰਤ ਦੀ ਆਬਾਦੀ ਸੀਗੀ ਬ੍ਰਿਟਿਸ਼ ਇੰਡੀਆ ਦੀ ਉਹਦੇ ਵਿੱਚੋਂ 9 ਕਰੋੜ ਮੁਸਲਮਾਨ ਸੀਗਾ ਤੇ 25-26 ਕਰੋੜ ਆਪਾਂ ਕਹਿ ਸਕਦੇ ਹਾਂ ਵੀ ਹਿੰਦੂਸਾਂ ਨੇ ਜਾਂ ਬੇਨ ਪਲੱਸ ਦਲਿਤ ਸੀਗੇ ਬਾਕੀ ਤਾਂ 40 ਲੱਖ ਸਿੱਖ ਸੀਗੇ ਹਾਂ ਜਾਂ ਹੋਰ ਬੁੱਧ ਜਾਂ ਈਸਾਈ ਵੀ ਥੋੜੇ ਸੀਗੇ ਹੁਣ 40 ਲੱਖ ਸਿੱਖਾਂ ਦੇ ਵਿੱਚੋਂ ਜੇ ਆਪਾਂ ਕਹਿ ਲਈਏ ਵੀ 5 ਲੱਖ ਸਿੱਖ ਵੱਡੇ ਆ ਜਾਂਦਾ ਹੈ ਤਾਂ ਉਹਨਾਂ ਦਾ 20% ਹਿੱਸਾ ਜਿਹੜਾ ਵਧਿਆ ਗਿਆ ਤੇ ਉਹਨਾਂ ਲਈਏ ਫਿਰ ਉਹਨਾਂ ਦੀ ਰਿਚੁਅਲਸ ਨੂੰ ਉਹਨਾਂ ਦੀ ਆਈਡੈਂਟੀਟੀ ਨੂੰ ਇੰਡੀਆ ਦੇ ਵਿੱਚ ਰੈਕੋਗਨਾਈਜ਼ ਨਹੀਂ ਕਰਨਾ ਉਹਨਾਂ ਦੇ ਇੱਕ ਹੋਮਲੈਂਡ ਨੂੰ ਇੱਕ ਜਿੱਥੇ ਕਿ ਉਹ ਕਲਚਰਲੀ ਵੱਧ ਸਕਣ ਉਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰਨਾ ਇਹ ਆਪਣੇ ਆਪ ਦੀ ਦੁਨੀਆ 'ਚ ਸਭ ਤੋਂ ਵੱਡਾ ਜ਼ੁਲਮ ਹੋਊਗਾ ਇੱਕ ਜਿਹੜੀ ਕੌਮ ਹੈ ਜਿਹੜੀ ਆਈਡੈਂਟੀਟੀ ਹੈ ਉਹਦਾ ਕਲਚਰਲ ਖੇਤਾ ਵੀ ਚਲਾ ਗਿਆ ਉਹਦਾ ਇਕਨੋਮਿਕ ਖੇਤਾ ਵੀ ਚਲਾ ਗਿਆ ਉਹ ਹੋਮਲੈਸ ਹੋ ਗਿਆ ਹੈ ਤੇ ਉਹਨਾਂ ਨੂੰ ਬਿਲਕੁਲ ਇੱਥੇ ਆ ਕੇ ਕਰਨਾ ਵੀ ਤੁਸੀਂ ਬਾਕੀ ਲੋਕਾਂ ਦੀ ਤਰਾਈਆਂ ਹੁਣ ਇੱਕ ਸਿਸਟਮ ਦੇ ਵਿੱਚ 10 ਬੰਦੇ ਹੋਣ 10ਾਂ ਚੋਂ 7 ਇੱਕ ਖਾਸ ਵਿਚਾਰ ਵਾਲੇ ਹੋਣ ਤੇ ਇੱਕ ਬੰਦਾ ਸਿਰਫ ਕੱਲਾ ਹੋਵੇ ਉਹ ਡੈਮੋਕ੍ਰੇਸੀ ਚ ਜਦੋਂ ਇੱਕ ਬੰਦੇ ਦੀ ਜਿਹੜੀ ਵੋਟ ਦੀ ਪਾਵਰ ਹੈ ਸੱਤਾਂ ਦੇ ਬਰਾਬਰ ਨਹੀਂ ਹੋ ਜਾਂਦੀ ਜਾਂ ਕਹਿ ਲਓ ਕਿ ਕਮਿਊਨਲ ਅਵਾਡ ਨਹੀਂ ਲਾਗੂ ਹੋ ਜਾਂਦਾ ਤਾਂ ਲੋਕਤੰਤਰ ਕਿੱਥੇ ਹੈ ਡੈਮੋਕ੍ਰੇਸੀ ਕਿਸ ਤਰ੍ਹਾਂ ਕਹੂਗੇ ਉਹ ਇੱਕ ਬੰਦੇ ਦੀ ਆਵਾਜ਼ ਸੱਤਾਂ ਵਿੱਚੋਂ ਵੈਸੇ ਹੀ ਦਬ ਜਾਣੀ ਹੈ ਜਦ ਕਿ ਲੋਕਤੰਤਰਤਾ ਉਹੀ ਹੋਊਗਾ ਵੀ ਜਦ ਉਹਦੇ ਵਿੱਚ ਇੰਡੀਵਿਜੂਅਲੀ ਹਰੇਕ ਬੰਦੇ ਦੀ ਆਵਾਜ਼ ਦਾ ਜਿਹੜਾ ਮੁੱਲ ਹੈ ਜੇ ਕਹਤੋਂ ਕਿ ਇੱਕ ਆਈਡੈਂਟੀਟੀ ਜਿਹੜੀ ਹੈ ਇੱਕ ਇੱਕ ਸੱਤ ਇੱਕ ਸੱਤ ਬੰਦੇ ਰੱਖਦੀ ਹੈ ਇੱਕ ਆਈਡੈਂਟੀਟੀ ਇੱਕ ਆਈਡੈਂਟੀਟੀ ਇੱਕ ਬੰਦਾ ਰੱਖਦੀ ਹੈ ਜੇ ਲੋਕਤੰਤਰ ਹੋਊਗਾ ਜੇ ਇੱਕ ਬੰਦਾ ਜਿਹੜਾ ਸੱਤਾਂ ਦੇ ਬਰਾਬਰ ਹੋਊਗਾ ਤਾਂ ਹੀ ਉਸ ਨੂੰ ਲੋਕਤੰਤਰ ਮੰਨਿਆ ਜਾਊਗਾ ਨਾ ਤਾਂ ਉਸ ਕਰਕੇ ਇਹ ਹੈ ਵੀ ਉਸ ਚੀਜ਼ ਨੂੰ ਇਹ ਰੈਕੋਗਨਾਈਜ਼ ਕਰਨ ਤੋਂ ਹੀ ਮੁਨਕਰ ਨੇ ਤਾਂ ਕਿ ਪੰਜਾਬ ਜਿਹੜਾ ਉਹ ਧਰਮ ਦੀ ਗੱਲ ਨਾ ਕਰੇ ਧਰਮ ਤੋਂ ਖਤਮ ਹੋ ਜਬੇ ਤੇ ਉਹ ਬਿਲਕੁਲ ਉਹੀ ਚੀਜ਼ ਬਣ ਜਬੇ ਕਿਉਂਕਿ ਇਹ ਲੈਫਟ ਦਾ ਇੱਕ ਵਿਚਾਰ ਵੀ ਹੈ ਨਾ ਕੁਝ ਤਰ੍ਹਾਂ ਦਾ ਕਿ ਜਦੋਂ ਬੰਦੇ ਕੋਲ ਕੁਝ ਹੋਲਡਿੰਗ ਜਿਹਦੇ ਕੋਲ ਹੈਗੀ ਹੈ ਉਹ ਕਹਿ ਦਿੰਦੇ ਆ ਵੀ ਇਹ ਪੈਟੀ ਬੁਰਜੂਆ ਜਮਾਤ ਹੈ ਵੀ ਇਹ ਦੇ ਕੋਲ ਕੁਝ ਹੈਗਾ ਜਦ ਤੱਕ ਇਹ ਖਤਮ ਨਹੀਂ ਇਹਦੇ ਕੋ ਹੁੰਦਾ ਉਹ ਵੀ ਖੋ ਕੇ ਨੰਗ ਮਲੰਗ ਨਹੀਂ ਹੋ ਜਾਂਦਾ ਉਹ ਸਾਡੇ ਕੋਲ ਇਨਕਲਾਬ ਲਈ ਨਹੀਂ ਆਊਗਾ ਸੋ ਅਸਲ ਚ ਕੀ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਸਿੱਖ ਥੋਟ ਹੀ ਹੈ ਉਹ ਸਾਨੂੰ ਨਾਸਤਿਕ ਹੋਣ ਤੋਂ ਬਚਾਂਦਾ ਹੈ ਸਾਨੂੰ ਬਿਲਕੁਲ ਗਰ ਕਰਨ ਤੋਂ ਬਚਾ ਰਿਹਾ ਹੈ ਸੋ ਉਸ ਚੀਜ਼ ਨੂੰ ਖਤਮ ਕਰਕੇ ਬਿਲਕੁਲ ਗਰਕਨ ਨਾਲ ਲੈ ਕੇ ਜਾਣਾ ਚਾਹੁੰਦੇ ਐ ਤੇ ਉਹ ਜਸਟ ਜਾਂਦੇ ਐ ਕਿ ਪੰਜਾਬ ਦੇ ਇੰਡੀਆ ਦੇ ਆਮ ਗਰੀਬ ਦੀ ਤਰਾਈਂ ਇੱਥੇ ਦੇ ਖਿੱਤੇ ਦੇ ਲੋਕ ਗੱਲ ਕਰਨ ਤੇ ਬਸ ਦੀਨਹੀਨ ਹੋ ਕੇ ਰਹਿਣ ਤੇ ਉਹਦੇ ਵਿੱਚੋਂ ਹੀ ਉਹਨਾਂ ਦੀ ਰੋਟੀ ਕਪੜਾ ਮਕਾਨ ਦੀ ਮੰਗ ਹੋਵੇ ਉਸ ਤੋਂ ਇਲਾਵਾ ਉਹ ਆਪਣੀ ਸੱਭਿਆਚਾਰਕ ਜਾਂ ਆਈਡੈਂਟੀਟੀ ਜਾਂ ਡਾਈਵਰਸਿਟੀ ਦੀ ਗੱਲ ਹੀ ਨਾ ਕਰਪਣ ਸੋ ਇਹ ਮਸਲਾ ਹੈ ਮੈਂ ਨਾ ਆਪਣੇ ਵਿਗਿਆਨਕ ਸੋਚ ਵਾਲੀ ਬਾਤ ਚਾਰ ਗਈ ਐ ਤੁਹਾਨੂੰ ਪਤਾ ਵੀ ਮੈਂ ਵੀ ਤਾਰਕ ਸੋਸਾਇਟੀ ਵਾਲੇ ਵਿਗਿਆਨਕ ਸੋਚ ਮੈਂ ਕਈ ਸਾਲ ਰਿਹਾ ਤੇ ਬੜੇ ਲੋਕਾਂ ਨੂੰ ਸਮਝਾਇਆ ਵੀ ਬਗਿਆ ਸਮਝਾਇਆ ਗਿਆ ਬਾਅਦ ਵਿੱਚ ਮਨ ਨੂੰ ਆਪ ਸਮਝ ਆ ਗਈ ਵੀ ਮੈਂ ਕੀ ਕਰ ਰਿਹਾ ਉਹਨਾਂ ਨੇ ਕਿਤਾਬ ਛਾਪੀ ਤਾਰਕ ਸੜੀ ਨੇ ਬਹੁਤ ਸਾਰਾ ਪਹਿਲਾਂ ਮੇਰੇ ਵਰਗੇ ਸਕੂਲਾਂਾਂ ਜਾਇ ਕਰਦੇ ਹੋਈ ਕਿਤਾਬਾਂ ਵੇਚਣ ਵਾਲਾ ਧੰਦਾ ਤੇ ਕਣ ਕਣ ਚ ਵਿਗਿਆਨ ਹੈ ਕਿਤਾਬ ਮੈਨੇ ਉਹ ਛਾਪੀ ਗਈ ਹੈ ਤੇ ਵੀ ਨਿਆਣਿਆਂ ਨੂੰ ਵਿਗਿਆਨ ਸੋਚ ਪੜਾਓ ਨਿਆਣਿਆਂ ਨੂੰ ਸਮਝਾਓ ਵੀ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਵੀ ਕੋਈ ਚੀਜ਼ ਹੈ ਹਰ ਇੱਕ ਚੀਜ਼ ਦੇ ਪਿੱਛੇ ਕਾਰਨ ਹੈ ਪੀਏ ਬਗੈਣਾ ਸੋਚਿਆ ਤੇ ਅੰਧਵਿਸ਼ਵਾਸ ਭਜਾਓ ਉਹਨੂੰ ਕਿੰਨੇ ਯੁੱਗ ਬੀਤ ਗਏ ਤੇ ਹੁਣ ਉਹ ਨਵੀਂ ਕਿਤਾਬ ਆਈ ਹੈ ਉਹਦੇ ਮੈਂ ਕਿਹਾ ਕਿ ਨਵੀਂ ਕਿਤਾਬ ਛਾਪੀ ਹੈ ਵੀ ਆਪਣੇ ਵਿਕਰਮ ਬੇਤਾਲ ਨਿਆਣੇ ਵਾਸਤੇ ਵਿਕਰਮ ਬੇਤਾਲ ਦੀਆਂ ਕਹਾਣੀਆਂ ਤਰਖਾ ਸੋਸਾਇਟੀ ਨੇ ਛਾਪੀ ਹੈ ਜਿਹੜੀ ਉਹ ਭੂਤ ਵਾਲੀ ਉਹ ਕਾਇ ਨਹੀਂ ਕਰਦਾ ਪਹਿਲਾਂ ਸੀਨਾ ਜਿਹੜਾ ਕਰਦਾ ਬੰਦੇ ਡੀਲਰ ਛਾਪਦੇ ਆ ਉੱਠਾ ਜਾ ਹੋਵੇ ਲੜ ਕੇ ਕਰਦਾ ਭੂਤ ਜਾ ਉਹ ਕਹਾਣੀ ਸੁਣਾਦਾ ਰੋਜ਼ ਇੱਕ ਫਿਰ ਉਹ ਜਵਾਬ ਮੰਗਦਾ ਤਾਂ ਉਹ ਕਹਿੰਦਾ ਮੈਂ ਸਿਰ ਪੜਦਿਆਂ ਉਹ ਕਹਾਣੀ ਆ ਤੇ ਉਹਦੇ ਮੈਂ ਲਿਖਿਆ ਵੀ ਨਿਆਣਿਆਂ ਦੀ ਸੋਚ ਨੂੰ ਵੱਡਾ ਕਰਨ ਵਾਸਤੇ ਇਹ ਜਿਹੜੀਆਂ ਲੋਕ ਕਹਾਣੀਆਂ ਆ ਕਥਾ ਕਹਾਣੀਆਂ ਆ ਪਰੀ ਕਹਾਣੀਆਂ ਆ ਇਹ ਬਹੁਤ ਜ਼ਰੂਰੀ ਐ ਮੈਂ ਕਹਿੰਦਾ ਵੀ ਅੱਜ ਤੱਕ ਜਿਹੜੀਆਂ ਪਹਿਲਾਂ ਚੱਲ ਰਹੀਆਂ ਦੀ ਉਹ ਮਤਲਬ ਕਿ ਬਗੈ ਉਹ ਛੋਟਾ ਹੀ ਕਰ ਲੀਦੀ ਆ ਹੁਣ ਪਰੀ ਕਹਾਣੀ ਆ ਮਤਲਬ ਕਿ ਕੋਈ ਮੁੱਦਾ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਕੀ ਕਹਿ ਰਹੇ ਆ ਕਿਆ ਕਿਹਾ ਜਾ ਰਿਹਾ ਮਤਲਬ ਇਹ ਪਹਿਲਾਂ ਆਪਣੀ ਬਾਤ ਨੂੰ ਕਿਹਾ ਵਿਗਿਆਨਿਕ ਸੋਚ ਐ ਹੁਣ ਉਸੇ ਬਾਤ ਨੂੰ ਸਾਰੀ ਨੂੰ ਰੱਦ ਕਰਕੇ ਪਰੀ ਕਹਾਣੀ ਆ ਗਈ ਆ ਉਹ ਨਿਆਣੇ ਦਾ ਵਿਕਾਸ ਹੋ ਰਿਹਾ ਹੁਣ ਕਹਿੰਦੇ ਪਹਿਲਾਂ ਬਗੈਨ ਸੋਚ ਕੇ ਨਹੀਂ ਹੋਇਆ ਇਹ ਵੀ ਇੱਧਰ ਕਰੇਗੇ ਉਹ ਇਹ ਵਿਗਿਆਨਿਕ ਇਹ ਤਾਂ ਐ ਲੱਗਦੇ ਆ ਵੀ ਨਿਊਟਨ ਜਿਹੜਾ ਸੀਗਾ ਇਹਨਾਂ ਦੀ ਦੁਨੀਆ 'ਚ ਮਿੱਥ ਦੀ ਬਹੁਤ ਵੱਡੀ ਇੰਪੋਰਟੈਂਸ ਹੈ ਉਹ ਅੱਜ ਦੇਖੋ ਕਿ ਜੇ ਐਸਆਈ ਜਾਂ ਪੱਛਮ ਨੂੰ ਸੰਤਾ ਕਰੂਜ਼ ਕਰਨਾ ਪਿਆ ਉਹ ਇੱਕ ਹੁਣ ਉਹ ਇੱਕ ਕੈਨੇਡਾ 'ਚ ਬੱਚਿਆਂ ਦਾ ਉਹ ਤਿਹਾਰ ਵੀ ਹੁੰਦਾ ਨਾ ਉਹ ਟੌਫੀਆਂ ਮੰਗਣ ਜਾਂਦੇ ਆ ਜਾਂ ਭੂਤ ਜੇ ਬਣ ਕੇ ਜਾਂਦੇ ਆ ਹੁਣ ਇੱਥੇ ਵੀ ਬਣਨ ਲੱਗੇ ਹਾਂ ਹਾਂ ਉਹ ਨਾ ਹਾਂ ਉਹ ਜੇ ਹੈ ਨਾ ਹਾਂ ਤੇ ਉਹ ਹੁਣ ਉਹ ਪੱਛਮ ਤਾਂ ਉਸ ਪਾਸੇ ਚੱਲ ਰਿਹਾ ਤੇ ਗੇਮ ਕੈਰੈਕਟਰ 카ਟੂਨ ਕੈਰੈਕਟਰ ਬਣਾਏ ਜਾ ਰਹੇ ਆ ਮਿੱਥਾਂ ਦੀ ਜਿਹੜੀ ਈਵਨ ਕਹਾਣੀਆਂ ਜ਼ਰੂਰੀ ਹੁੰਦੀਆਂ ਹਰ ਦੌਰ ਤੇ ਵਿੱਚ ਹੀ ਇਹ ਜਿਹੜੀਆਂ ਚਾਹੇ ਪੰਛਤੰਤਰ ਦੀਆਂ ਕਹਾਣੀਆਂ ਬਿਕਰਮ ਬੇਤਾਲ ਦੀ ਕਹਾਣੀ ਹੈ ਉਹਦੇ ਵਿੱਚ ਪਿੱਛੇ ਕੋਈ ਨਾ ਕੋਈ ਸੁਨੇਹਾ ਛੁਪਿਆ ਹੋਵੇ ਤੁਹਾਨੂੰ ਸਮਾਜ ਨੂੰ ਕੋਈ ਨਾ ਕੋਈ ਸੇਧ ਦਿੰਦਾ ਉਹ ਤਾਂ ਪਹਿਲਾਂ ਵੀ ਜ਼ਰੂਰੀ ਸੀ ਜਦੋਂ ਇਹ ਖਾਰਜ ਕਰ ਰਹੇ ਸੀ ਹੁਣ ਅਸਲ 'ਚ ਕੀ ਹੈ ਵੀ ਇਹਨਾਂ ਦਾ ਜਿਹੜਾ ਆਪ ਦਾ ਕੂੜਾ-ਕਬਾੜਾ ਉਹ ਵਿਕਣਾ ਬੰਦ ਹੋ ਗਿਆ ਤਾਂ ਉਹ ਉਹੀ ਚੀਜ਼ ਐ ਵੀ ਹੁਣ ਇਹਨਾਂ ਨੂੰ ਮਿੱਥ ਚੰਗੇ ਲੱਗਣ ਨਾਗੇ ਜਿਨ੍ਹਾਂ ਨੂੰ ਇਹ ਖਾਰਜ ਕਰਦੇ ਸੀਗੇ। ਸੋ ਗੱਲ ਇਹੀ ਐ ਉਹ ਗੱਲ ਉਹ ਸਮਝ ਨਹੀਂ ਆਈ ਵੀ ਪਹਿਲਾਂ ਸਹੀ ਠਹਿ ਗਈ ਵੀ ਸਹੀ ਐ ਵੀ ਪਹਿਲਾਂ ਤਾਂ ਉਹ ਤਾਂ ਵੀ ਰੱਦ ਕਰ ਰਹੇ تھے ਹੁਣ ਦੁਬਾਰਾ ਕਰੇ ਸਹੀ ਐ। ਉਹ ਇਹਨਾਂ ਨੇ ਤਾਂ ਚੀਜ਼ ਵੇਚਣੀ ਐ। ਕਿਤਾਬ ਵੇਚਣੀ ਐ। ਹੁਣ ਇਹਨਾਂ ਦੇ ਕੋਈ ਕ੍ਰਾਂਤੀਆਂ ਕੋਈ ਕੋਈ ਕੁਝ ਨਹੀਂ ਵਿਕਦਾ ਪਿਆ। ਤੁਸੀਂ ਇਹ ਦੇਖ ਲਓ ਪੰਜਾਬ ਦੇ ਵਿੱਚ ਅੱਜ ਦੇ ਟਾਈਮ 'ਚ ਵਿਕਦਾ ਕੀ ਪਿਆ। ਸਿੱਖ ਇਤਿਹਾਸ ਨੂੰ ਲੋਕ ਜਾਨਣਾ ਸ਼ੁਰੂ ਹੋ ਗਏ ਐ। ਤੇ ਜੋ ਜਿਹੜੀ ਕਿ ਇਹ ਜਿਹੜੀਆਂ ਚੀਜ਼ਾਂ ਨੂੰ ਇਹ ਕਾਰਜ ਕਰਦੇ ਰਹੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਕਿੱਡੇ ਜ਼ਿਆਦਾ ਇਲਜ਼ਾਮ ਲਾਏ ਕਿੰਨੇ ਜ਼ਿਆਦਾ ਉਹਦੇ ਹੀ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਜਾਂ ਕਹਿ ਲਓ ਕਿ ਇੱਕ ਮੁਕਾਬਲੇ ਵਾਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਖੜੀ ਕਰਨ ਦੀ ਉਹ ਕਰਤੀ ਇਹ ਹਮਕਤਾਂ ਇਹਨਾਂ ਨੇ ਕੀਤੀਆਂ ਆਮ ਲੋਕਾਂ 'ਚ ਤਾਂ ਕੁਝ ਨਹੀਂ ਸੀ ਤੇ ਪੰਜਾਬ ਦੇ ਵਿੱਚ ਇੱਕ ਸਪਿਰਟ ਸੀਗਾ ਜੂਝੰਦਾ ਜਿਹੜਾ ਉਹਨੂੰ ਇਤਿਹਾਸ ਤੋਂ ਮਿਲਦਾ ਸੀਗਾ ਇਹ ਇਹਨਾਂ ਦੀ ਦਿੱਕਤ ਉੱਥੇ ਸੀਗੀ ਵੀ ਇਹ ਜਦ ਤੱਕ ਆਪਣੇ ਸਪਿਰਿਟ ਨਾਲ ਜੁੜੇ ਹੋਏ ਆ ਆਪਣੀਆਂ ਜਿਹੜੀਆਂ ਸਾਖੀਆਂ ਨਾਲ ਜੁੜੇ ਹੋਏ ਆ ਕਹਾਣੀਆਂ ਨਾਲ ਜੁੜੇ ਹੋਏ ਆ ਤੁਸੀਂ ਦੇਖ ਲਓ ਅੱਜ ਵੀ ਦੁੱਲਾ ਭੱਟੀ ਆ ਸਾਡਾ ਨਾਇਕ ਹੈ ਈਵਨ ਜੈਮਲ ਫਤਿਹ ਦਾ ਪੰਜਾਬ ਨਾਲ ਕੀ ਰਿਸ਼ਤਾ ਹੈ ਉਹ ਰਾਜਸਥਾਨ ਦਾ ਉਹ ਪੰਜਾਬ 'ਚ ਕਿੱਦਾਂ ਗਾਇਆ ਜਾਂਦਾ ਕਿੰਨੀ ਅਸੀਂ ਸੇਧ ਲੈਣੇ ਆ ਇਹ ਉਸ ਚੀਜ਼ ਤੋਂ ਇਹਨਾਂ ਨੂੰ ਦਿੱਕਤ ਹੁੰਦੀ ਸੀ ਵੀ ਇਹਨਾਂ ਕੋਲ ਕੋਈ ਆਈਡੀਅਲ ਹੈ ਕਿ ਹੈ ਤੇ ਕੋਈ ਨਾਬਰੀ ਦਾ ਇਤਿਹਾਸ ਜਿਹੜਾ ਨਾਬਰੀ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਇਹ ਜਿਹੜੇ ਹੈ ਰਾਸ਼ਟਰ ਦਾ ਹਿੱਸਾ ਨਹੀਂ ਬਣ ਸਕਦੇ ਜਿਹੜਾ ਕੀ ਇਹਨਾਂ ਨੇ ਨੈਸ਼ਨਲਿਸਟ ਇੱਕ ਵਿਊ ਉਹ ਹੈ ਲਿਬਰਲ ਨੈਸ਼ਨਲਿਸਟ ਇਹਨਾਂ ਨੇ ਉਹ ਬਣਾਇਆ ਹੈ ਵੈਨਾ ਭਾਰਤ ਨੂੰ ਇੱਕ ਮੁਲਕ ਮੰਨਨ ਦੇ ਉਹਦੇ ਵਿੱਚ ਉਹ ਆਹੀ ਕੂੜਾ ਕਬਾੜੇ ਵੇਚਣਾ ਚਾਹੁੰਦੇ ਸੀਗੇ ਇਸ ਕਰਕੇ ਇਹਨਾਂ ਨੇ ਮਿਥਾ ਨੂੰ ਖਾਰਜ ਕੀਤਾ ਮਿਥਾ ਨੂੰ ਖਾਰਜ ਕਰਨ ਦਾ ਦੂਜਾ ਮਤਲਬ ਇਹ ਵੀ ਹੈ ਤੁਸੀਂ ਡਾਈਵਰਸਿਟੀ ਨੂੰ ਖਾਰਜ ਕਰਦੇ ਪਈਓ ਠੀਕ ਹੈ ਨਾ ਮਿਥਾ ਤਾਂ ਦੁਨੀਆ 'ਚ ਹਰ ਜਗ੍ਹਾ ਹੈ ਉਹ ਕੱਲੇ ਪੰਜਾਬ 'ਚ ਹੀ ਨਹੀਂ ਹੈ ਅੱਜ ਜੇ ਦੁਨੀਆ ਦੇ ਵਿੱਚ ਡਾਈਵਰਸਿਟੀ ਦੀ ਲੜਾਈ ਚੱਲਦੀ ਪਈ ਹੈ ਆਪਾਂ ਗੱਲ ਕਰਦੇ ਹਾਂ ਰੈਡ ਇੰਡੀਅਨਸ ਦੀ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਹੈ ਆਸਟ੍ਰੇਲੀਆ ਦੇ ਮੂਲ ਨਿਵਾਸੀ ਹੈ ਉਹਨਾਂ ਤਾਂ ਦਿੱਕਤ ਕੀ ਹੈ ਪੱਛਮ ਨਾਲ ਉਹਨਾਂ ਦਾ ਇਹੀ ਹੈ ਵੀ ਇਹਨਾਂ ਨੇ ਸਾਡਾ ਸੱਭਿਆਚਾਰ ਸਾਡੀ ਆਈਡੈਂਟੀਟੀ ਸਾਡੇ ਮਿੱਤ ਸਾਡੇ ਵਿਸ਼ਵਾਸ ਮਾਰੀ ਹੈ ਠੀਕ ਹੈ ਨਾ ਹੁਣ ਇਹ ਵੀ ਚਾਹੁੰਦੇ ਸੀ ਕਿ ਪੰਜਾਬ ਜਿਹੜਾ ਹੈ ਆਪਣੇ ਵਿਸ਼ਵਾਸ ਮਾਰ ਦਵੇ ਆਪਣੀਆਂ ਰਵਾਇਤਾਂ ਤੇ ਮਾਣ ਕਰਨਾ ਛੱਡ ਦਵੇ ਤੇ ਉਹਦੇ ਚੱਕਰ 'ਚ ਹੀ ਫੇਰ ਕੀ ਹੈ ਪੰਜਾਬ ਨੂੰ ਡਰਗ ਹੀ ਬਨਾਇਆ ਗਿਆ ਮੈਂ ਆਪਣੇ ਆਪ ਨੂੰ ਜਦੋਂ ਦੇਖਦਾ ਹਾਂ ਵੀ ਆਪਣੀ ਧਰਤੀ ਨੂੰ ਕਿਉਂਕਿ ਅਸੀਂ ਵਿਵਸਥੀਵਾਦ ਦਾ ਸ਼ਿਕਾਰ ਹੈਗੇ ਹਾਂ ਮੈਂ ਜੇ ਬੰਦੇ ਸਾਡੇ ਬਾਹਰ ਵੀ ਜਾਂਦੇ ਆ ਉਹ ਉਹਦੇ ਵਿੱਚੋਂ ਪੱਛਮ ਦਾ ਸਿਸਟਮ ਨਾਲ ਲੱਭੋ ਜਿਹਾ ਬਹੁਤ ਵਧੀਆ ਹੈ ਉਹਦੇ ਵਿੱਚ ਉਹ ਦੇਖੋ ਵੀ ਜਿਹੜੇ ਉੱਥੇ ਦੇ ਮੂਲ ਨਿਵਾਸੀ ਸੀ ਉਹ ਕਿਸ ਤਰ੍ਹਾਂ ਇਹਨਾਂ ਦੇ ਪੀੜਤ ਹੋਏ ਹੈ ਆਸਟ੍ਰੇਲੀਆ 'ਮ ਬਹੁਤ ਘਾਸ਼ਕਾਰਲੇਡੀਆ 'ਚ ਹੋਇਆ ਆ ਨਿਊਜ਼ੀਲੈਂਡ 'ਚ ਕੈਨੇਡਾ 'ਚ ਰੇਪ ਹੋਇਆ ਹੈ ਮਾਰੇ ਗਏ ਆ ਅਮਰੀਕਾ ਚ ਆ ਮਾਇਆ ਇੰਕਾ ਸਭਿਅਤਾ ਸਗੀਆਂ ਖਤਮ ਕੀਤੀਆਂ ਗਈਆਂ ਇਹ ਜਿਹੜੇ ਵੈਸਟ ਨੇ ਖਤਮ ਕੀਤੀਆਂ ਜਾਂ ਦੂਜਾ ਪਾਧਰੀਵਾਦ ਨੇ ਖਤਮ ਕੀਤੀਆਂ ਜਿਹੜੇ ਪਾਧਰੀ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਮਾਨਵਤਾਵਾਦੀ ਆ ਅਸੀਂ ਤੁਹਾਨੂੰ ਪੜ੍ਹਾਣ ਆਏ ਆ ਜਾਂ ਤੁਹਾਨੂੰ ਅਸੀਂ ਸਿਵਲਾਈਜੇਸ਼ਨ ਸਿਖਾਣ ਆਏ ਆ ਉਹਨਾਂ ਦੇ ਤੇ ਉਹ ਸਾਡੀ ਹਾਲਤ ਉਹਨਾਂ ਵਰਗੀ ਹੋਈ ਆ ਅੱਜ ਸਾਡੇ ਤੇ ਲੱਗਦੇ ਨੇ ਇਲਜ਼ਾਮ ਵੀ ਪੰਜਾਬ ਡਰਗੀ ਆ ਡਰਗੀ ਪੰਜਾਬ ਨੂੰ ਬਣਾਇਆ ਗਿਆ ਜਿਵੇਂ ਚੀਨ ਦਾ ਅਫੀਮ ਜੋ ਤਿਹਾ ਚੀਨੀਆਂ ਨੂੰ ਵੀ ਨਸ਼ੇ ਤੇ ਲਾਇਆ ਗਿਆ ਉਹੀ ਚੀਜ਼ ਐ ਇੱਥੇ ਐ ਵੀ ਤਾਂ ਕਿ ਇਹ ਆਪਣੇ ਧਰਮ ਤੋਂ ਮੁਨਕਰ ਹੋ ਕੇ ਨਿਗਾਰਾ ਲਾ ਜਨ ਗੱਲ ਉੱਥੀ ਐ ਉਹ ਲੈਫਟ ਦਾ ਵੀ ਇਹੀ ਸੀਗਾ ਵੀ ਪੰਜਾਬ ਆਪਣੀਆਂ ਰਿਵਾਇਤਾਂ ਤੋਂ ਟੁੱਟ ਜਵੇ ਤੇ ਹੁਣ ਜਦ ਦੇਖ ਲਿਆ ਵੀ ਪੰਜਾਬ ਚ ਗਰਕਤਾ ਚੱਕਿਆਈ ਹੈ ਤੇ ਮੁੜ ਕੇ ਇਹਨਾਂ ਨੇ ਫੇਰ ਉਹੀ ਟੋਟ ਕੇ ਵੇਚਣੇ ਸ਼ੁਰੂ ਕਰਤੇ ਵੀ ਆ ਵਿਕਰਮ ਵਿਤਾਲ ਦੀਆਂ ਕਹਾਣੀਆਂ ਤੇ ਕਾਰਨ ਕੀ ਹੈ ਕਿ ਹੁਣ ਆਪਣੇ ਆਪ ਦੇ ਵਿੱਚ ਹੀ ਵੈਸੇ ਜਿਹੜਾ ਇਹਨਾਂ ਦਾ ਇਨਕਲਾਬ ਸੀਗਾ ਵੇਚਣ ਵਾਲਾ ਜਾਂ ਇਹਨਾਂ ਦੀਆਂ ਉਹ ਵੱਡੀਆਂ-ਵੱਡੀਆਂ ਖਤਰਨਾਕ ਜੀਆਂ ਲਫਜ਼ਾਂਵਲੀਆਂ ਲੋਕਾਂ ਨੂੰ ਸਮਝ ਹੀ ਨਹੀਂ ਪਈਆਂ ਉਹ ਲੋਕਾਂ ਨੂੰ ਕੀ ਮਤਲਬ ਹੈ ਵੀ ਮੈਂ ਬੁਰਜੁਆ ਆ ਜਾਂ ਮੈਂ ਪ੍ਰੋਲੇਟਾਰੀ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਸ ਚੀਜ਼ ਦਾ ਮਾਲਕ ਭਾਗੋਗਾ ਪਤਾ ਆ ਭਾਈ ਲਾਲੂ ਆ ਹਾਂ ਉਹਦਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਉਹ ਆਪਣੇ ਆਪ ਨੂੰ ਜੋੜ ਹੀ ਨਹੀਂ پا ਰਿਹਾ ਸੋ ਵੈਨਾਂ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਖਾਰਜ ਹੋ ਗਿਆ ਵੀ ਫਿਰ ਇਹਨਾਂ ਨੂੰ ਦੁਬਾਰਾ ਉਹ ਕਰਨੀ ਹੁਣ ਅੱਜ ਅੱਜ ਨਵਾਂ ਦੌਰ ਆ ਗਿਆ ਉਹਨੇ ਕਹਿੰਦੇ ਆ ਵੀ ਛੱਡੋ ਜੀ ਇਹ ਤਾਂ ਲੋਕ ਇੱਥੇ ਦੇ ਜਿਹੜੇ ਆ ਕਟੜ ਪੰਥੀ ਜਾਂ ਕਹਿ ਦਿੰਦੇ ਆ ਲੱਕੜਥੀਰੇ ਕਹਿ ਦਿੰਦੇ ਆ ਹੈ ਵੀ ਇਹ ਤਾਂ ਬੇਵਕੂਫ ਲੋਕ ਹੈ ਇਹ ਤਾਂ ਫਿਰਕੂ ਹੈ ਦੁਨੀਆ ਦਾ ਪਹਿਲਾ ਕਾਮਰੇਡ ਤਾਂ ਗੁਰੂ ਨਾਨਕ ਸਿਗਾ ਇਹ ਕਹਿੰਦੇ ਆ ਨਾ ਇੱਕ ਪ੍ਰਸੰਗ ਚ ਲਾਇਆ ਜਾ ਰਿਹਾ ਦੇਖੋ ਜੋ ਮਰਜੀ ਹੈ ਕਾਮਰੇਡ ਇੱਕ ਫਲਸਫੀ ਵਜੋਂ ਮਾਰਕਸ ਬਾਅਦ ਚੰਗਾ ਹੋਵੇ ਮਾੜਾ ਹੋਵੇ ਅਸੀਂ ਸਹਿਮਤ ਹੋਈਏ ਨਾ ਹੋਈਏ ਕੁਝ ਕੋ ਦੀਆਂ ਸਿਧਾਂਤਿਕ ਸੀਗੇ ਉਹ ਰੱਬ ਨੂੰ ਮੰਨਦਾ ਨਹੀਂ ਸੀਗਾ ਹਾਂ ਉਹਦੇ ਲਈ ਉਹ ਸਰਬੱਤ ਦਾ ਭਲੇ ਦੀ ਵੀ ਗੱਲ ਨਹੀਂ ਕਰਦਾ ਪਿਆ ਹਾਂ ਉਹ ਇੱਕ ਬਾਣੇ ਨੂੰ ਵੀ ਨਹੀਂ ਮੰਨਦਾ ਪਿਆ ਮਹਾਰਾਜ ਤਾਂ ਕੁਦਰਤ ਦੇ ਬਾਣੇ ਨੂੰ ਵੀ ਮੰਨਦੇ ਪਏ ਆ ਇੱਕ ਜਿਹੜੇ ਅਕਾਲ ਪੁਰਖ ਦੀ ਹੈ ਉਹਨੂੰ ਹੂਂਦ ਨੂੰ ਵੀ ਮੰਨ ਰਹੇ ਆ ਜਿਹੜਾ ਸਰਵ ਵਿਆਪਕ ਹੈ ਠੀਕ ਹੈ ਨਾ ਉਹ ਕਾਮਰੇਡੀ ਮਹਾਰਾਜ ਦੇ ਬਰਾਬਰ ਕਦੀ ਹੋ ਹੀ ਨਹੀਂ ਸਕਦੀ ਹੁਣ ਇਹ ਕਾਰਨ ਕੀ ਹੈ ਕਿ ਇਹ ਲੋਕ ਆਪਣੇ ਉਹਦੇ ਵਿੱਚੋਂ ਪ੍ਰਚਾਰ ਚ ਫਲੋਪ ਹੋ ਗਏ ਆ ਤਾਂ ਇਹ ਜਿਹੜੇ ਆ ਗੁਰੂਆਂ ਨੂੰ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਕਾਮਰੇਡ ਬਣਾਣ ਲੱਗੇ ਹੁਣ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਬੋਲਿਕ ਘੜਿਆ ਫੜਿਆ ਹੋਇਆ ਵੀ ਉਹਨੂੰ ਉਹੋ ਕਰਾਂਗੇ ਸੋ ਇਸ ਕਰਕੇ ਇਹ ਚੱਲ ਰਿਹਾ ਵੀ ਜਸਟ ਬਾਕੀ ਇਹਨਾਂ ਨੇ ਵਪਾਰ ਕਰਨਾ ਹੁਣ ਕਿਤਾਬਾਂ ਵਿਕਦੀਆਂ ਨਹੀਂ ਹੁਣ ਇਹਨਾਂ ਨੇ ਆਹ ਕਿਤਾਬਾਂ ਵੇਚਣੀਆਂ ਸੋ ਇਹ ਤਾਂ ਵਪਾਰ ਹੀ ਹੈ ਅਸਾ ਇੱਕ ਜਿਹੜਾ ਹੈਗਾ ਪਾਣੀ ਵਾਲਾ ਮੇਰੇ ਖਿਆਲ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਕੱਲ ਤਾਂ ਇਹ ਵੀ ਰੋਲਾ ਪੈ ਰਿਹਾ ਹੈ ਵੀ ਡੈਮ ਜਿਹੜੇ ਬਣਾਏ ਗਏ ਹੈ ਬਹੁਤ ਖਤਰਨਾਕ ਹੈ। ਉਹਦੇ ਪਿੱਛੇ ਇਹ ਵੀ ਸ਼ਾਇਦ ਅੱਪ ਬੋਤ ਕਰ ਰਹੇ ਤੇ ਵੀ ਉਹ ਆਪਣੇ ਇਹਨਾਂ ਨੇ ਹਿਮਾਚਲ ਹਰਿਆਣਾ ਨੂੰ ਸਿੱਧਾ ਪਾਣੀ ਐਸ ਵਈਆ ਵਾਲਾ ਮੁੱਦਾ ਹੀ ਨਹੀਂ ਹੈਗਾ। ਪਾਣੀ ਨੂੰ ਵੈਸੇ ਆਪਣੀ ਲੋਕ ਧਰਮਾਂ ਦਾ ਦੇਵਤਾ ਮੰਨਿਆ ਜਾਂਦਾ। ਪਰ ਇੱਕ ਬੰਦਾ ਦੱਸ ਰਿਹਾਦਾ ਵੀ ਆ ਜਿਹੜਾ ਆਪਣੇ ਘੱਗਰ ਦਰਿਆ ਹੈ। ਇਸ ਦਾ ਪਾਣੀ ਕਹਾਬੀ ਅਜਤੇ 40 ਕ ਸਾਲ ਪਹਿਲਾਂ ਹਮੇ ਪੀਂਦੇ ਰਹੇ ਸਿੱਧਾ। ਹੁਣੋ ਫੈਕਟਰੀਆਂ ਲਾ ਗਿਆ ਵਿਗਿਆਨਕ ਸੋਚ ਗੱਲ ਸਾਰਾ ਪਾਣੀ ਜ਼ਹਿਰੀਲਾ ਹੋ ਗਿਆ ਆਪਾਂ ਘਰ ਦਾ ਪਾਣੀ ਮਤਲਬ ਇਹ ਨੀਰੀ ਜ਼ਹਿਰ ਹੈ ਕੈਮੀਕਲ ਹੈ ਸੋ ਪਾਣੀ ਵਾਲੇ ਬੁੱਧੇ ਵੀ ਕਿਸ ਤਰ੍ਹਾਂ ਲਗਾ ਤੁਹਾਨੂੰ ਜਿਹੜੀ ਅੱਜ ਦੀਆਂ ਸਰਕਾਰਾਂ ਦੀਆਂ ਨੀਤੀਆਂ ਯਾਰ ਆਪਾਂ ਕਿੱਥੇ ਖੜੇ ਆ ਦੇਖੋ ਇਹ ਜਿਹੜਾ ਪਾਣੀ ਵਾਲਾ ਮਸਲਾ ਹੈ ਨਾ ਜਿੱਦਾਂ ਕਹਿੰਦੇ ਆ ਵੀ ਅਸੀਂ ਬਾਈਪਾਸ ਕਰ ਦਾਂਗੇ ਤਾਂ ਇਹ ਦੁਨੀਆ 'ਚ ਮਤਲਬ ਕਿ ਇਸ ਖਿੱਤੇ ਦੇ ਵਿੱਚ ਹੀ ਇੱਕ ਬਹੁਤ ਵੱਡਾ ਕ੍ਰਾਈਸਿਸ ਲੈ ਕੇ ਆਣ ਦੀ ਇਹ ਤਿਆਰੀ ਕਰ ਰਹੇ ਆਂ ਦਰਿਆਵਾਂ ਨੂੰ ਜੋੜਨ ਵਾਲਾ ਮਸਲਾ ਹਾਂ ਮੈਂ ਦੱਸਾਂ ਇਹ ਜਿੱਦਣ ਇਹਨਾਂ ਨੇ ਪੰਜਾਬ ਦਾ ਰਾਈਪੇਰੀਅਨ ਹੱਕ ਰਿਜੈਕਟ ਕਰਕੇ ਉਹ ਦਰਿਆ ਮੋੜਿਆ ਉਦੋਂ ਹੀ ਚੀਨ ਨੂੰ ਇਹਨਾਂ ਨੇ ਮੌਕਾ ਦੇ ਦੇਣਾ ਉਹ ਸਿੰਧ ਦਰਿਆ ਨੂੰ ਰੋਕ ਲੂਗਾ ਮੋੜ ਲੂਗਾ ਉਹ ਸਤਲੁਜ ਨੂੰ ਰੋਕੂਗਾ ਉਹ ਬ੍ਰਹਮਪੁੱਤਰ ਨੂੰ ਉਹ ਰੋਕ ਲੂਗਾ ਤੇ ਇੱਕ ਤੋਂ 1.5 ਅਰਬ ਲੋਕਾਂ ਲਈ ਪਾਣੀ ਪੀਣ ਵਾਲੇ ਪਾਣੀ ਦੀ ਦਿੱਕਤ ਆ ਜਾਣੀ ਹੈ ਹੁਣ ਇਹ ਤਾਂ ਛੋਟੀਆਂ ਗੱਲਾਂ ਕਰਦੇ ਪਏ ਆ ਦਰਿਆ ਜਿਹੜਾ ਸੀਗਾ ਜਦੋਂ ਡੈਮ ਬੰਨਦੇ ਸੀਗੇ ਡੈਮ ਦੇ ਵਿਲੇ ਜਿਹੜਾ ਬੇਸਿਕ ਸਿਧਾਂਤ ਇਹ ਸੀਗਾ ਜਦੋਂ ਵੀ ਡੈਮ ਬਣੂਗਾ ਜਿੱਥੇ ਵੀ ਹਾਲਾਂਕਿ ਹੁਣ ਦੁਨੀਆ 'ਚ ਡੈਮ ਟੁੱਟ ਰਹੇ ਆ ਅਮਰੀਕਾ ਨੇ ਪਿਛਲੇ 30 40 ਸਾਲ ਤੋਂ ਕੋਈ ਡੈਮ ਨਹੀਂ ਬਣਾਇਆ ਨਵਾ ਉਹ ਜਿਹੜੇ ਬਣੇ ਵੀ ਹੋਏ ਸੀ ਉਹ ਵੀ ਤੋੜ ਰਹੇ ਆ ਤਾਂ ਜਦੋਂ ਡੈਮ ਬਣਦਾ ਸੀਗਾ ਉਹਦੇ ਵਿੱਚ ਮੋਡਲਾ ਸਿਧਾਂਤ ਇਹ ਸੀਗਾ ਵੀ ਡੈਮ ਬਣਨ ਤੋਂ ਪਹਿਲਾਂ ਜਿਹੜਾ ਦਰਿਆ ਚੱਲਦਾ ਪਿਆ ਉਹਦਾ 25% ਪਾਣੀ ਉਹਦੇ ਵਿੱਚ ਹਮੇਸ਼ਾ ਚੱਲਦਾ ਰਹੂਗਾ ਤੇ ਦਰਿਆ ਦਾ ਇਹ ਹੱਕ ਹੈ ਇੱਕ ਜਿਉਂਦੇ ਬੰਦਾ ਮੰਨ ਕੇ ਉਸ ਨੂੰ ਉਹਨੂੰ ਸਮੁੰਦਰ ਤੱਕ ਪਹੁੰਚਣ ਦਾ ਉਹਦੇ ਡੈਲਟਾ ਤੱਕ ਪਹੁੰਚਣ ਦਾ ਹੱਕ ਦਿੱਤਾ ਜਾਊਗਾ ਤੇ ਉਹਦੇ ਕਰਕੇ ਉਹਦਾ ਕਾਰਨ ਕੀ ਸੀਗਾ ਕਿ ਇੱਕ ਦਰਿਆ ਸਰਪੰਦੇ ਦੀ ਪਿਆਸ ਬੁਝਾਣ ਲਈ ਨਹੀਂ ਆ ਉਹਦੇ ਉੱਪਰ ਪੂਰਾ ਇਕੋਲੋਜੀਕਲ ਇੱਕ ਸਿਸਟਮ ਬਣਿਆ ਹੋਇਆ ਉਹਦੇ ਉੱਪਰ ਇੱਕ ਬਾਇਓਡਾਈਵਰਸਿਟੀ ਖੜੀ ਹੈ ਉਹ ਤਾਂ ਹੀ ਖੜੀ ਹੈ ਜੋ ਸਮੁੰਦਰ 'ਚ ਜਾਂਦਾ ਹੈ ਉਹਦੇ ਆਸੇ ਪਾਸੇ ਖਿੱਤੇ ਵਿਕਸਿਤ ਹੁੰਦੇ ਆ ਜੇ ਪੰਜਾਬ ਦਾ ਮੈਦਾਨ ਬਣਿਆ ਹਜ਼ਾਰਾਂ ਸਾਲਾਂ ਤੋਂ ਸਤਲੂ ਜਾਂਦਾ ਪਿਆ ਸੀਗਾ ਜਾਂ ਦਰਿਆ ਵਗਦੇ ਸੀਗੇ ਤੇ ਪਹਾੜਾਂ ਤੋਂ ਮਿੱਟੀ ਲੈ ਕੇ ਆਂਦਾ ਰਿਹਾ ਸੇਲਟ ਲੈ ਕੇ ਆਂਦਾ ਰਿਹਾ ਤਾਂ ਉਹ ਸੇਲਟ ਹੜ ਆਂਦਾ ਸੀਗਾ ਉਹ ਸੇਲਟ ਆਂਦੀ ਸੀ ਸਾਡੇ ਖੇਤਾਂ ਦੇ ਵਿੱਚ ਜਿਹੜਾ ਉਹਦੀ ਜਿਹੜੀ ਪ੍ਰੋਡਕਸ਼ਨ ਜਿਹੜੀ ਹੁੰਦੀ ਸੀ ਉਹਦੀ ਪਾਵਰ ਹੁੰਦੀ ਸੀ ਉਹ ਵੱਧਦੀ ਸੀ ਹੁਣ ਡੈਮ ਬਣ ਗਏ ਆ ਡੈਮਾਂ ਚ ਸੇਲਟ ਫਸੀ ਹੋਈ ਆ ਭਾਖੜੇ ਦਾ ਵੀ ਆਣ ਵਾਲੇ 30 40 ਸਾਲ ਤੋਂ ਬਾਅਦ ਕੋਈ ਯੂਸਫੁਲ ਨਹੀਂ ਰਹਿ ਜਾਊਗਾ ਕਿਉਂਕਿ ਸੇਲਟ ਕੱਢਣ ਦੀਆਂ ਕੋਈ ਤਕਨੀਕ ਹੈ ਨਹੀਂ ਗਈ ਤਾਂ ਉਹ ਆਪਣੇ ਆਪ ਜੀ ਡੈਮ ਜ਼ੀਰੋ ਹੋ ਜਾਊਗਾ ਤੇ ਉਹ ਡਿਸਮੈਂਟਲ ਕਰਨਾ ਪੈਣਾ ਸੋ ਕਦੀ ਵੀ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਦਰਿਆ ਦਾ ਨੂੰ ਮੋੜਨਾ ਇਹ ਗੈਰ ਕੁਦਰਤੀ ਹੈ ਸੱਭੇਤਾ ਨੂੰ ਖਤਮ ਕਰਨ ਵਰਗਾ ਹੈ ਦੂਸਰੀ ਗੱਲ ਇਹ ਹੈ ਵੀ ਮੈਂ ਇੱਥੇ ਕਹਿਣਾ ਚਾਹਾਂਗਾ ਵੀ ਪਿਛਲੇ 50 60 ਸਾਲਾਂ 'ਚ ਜਿਹੜਾ ਪਾਖੜੇ ਦਾ ਸਾਨੂੰ ਤਾਂ ਕੋਈ ਫਾਇਦਾ ਮਿਲਿਆ ਹੀ ਨਹੀਂ ਹੈ ਅਸੀਂ ਤਾਂ ਇੱਕ ਜਿਹੜੀ ਬ੍ਰਿਟਿਸ਼ ਨੇ ਆਪਣੀ ਕਲੋਨੀ ਆ ਲਈਏ ਇੱਕ ਪਾਲਿਸੀ ਘੜੀ ਹੋਈ ਸੀ ਉਹੀ ਕਲੋਨੀ ਨੂੰ ਜਿਹੜੀ ਪਾਲਿਸੀ ਸੀ ਕਲੋਨੀਅਨ ਰੂਲਸ ਹੈਗਾ ਉਹ ਪੰਜਾਬ ਤੇ ਇੱਕ ਐਕਸਟੈਂਸ਼ਨ ਚੱਲ ਰਹੀ ਹੈ ਉਹਦੀ ਉਹ ਐਕਸਟੈਂਡ ਕੀਤਾ ਗਿਆ ਅੱਜ ਜੇ ਡੈਮ ਬਣਿਆ ਵੀ ਅਸੀਂ ਕੀ ਫਾਇਦਾ ਲੈ ਰਹੇ ਹਾਂ ਸਾਡੇ ਤਾਂ ਜਿਹੜੀਆਂ ਬਿਜਲੀ ਹੈ ਆ ਥਰਮਲਾਂ ਤੋਂ ਪੈਦਾ ਹੋ ਰਹੀ ਹੈ ਪਾਣੀ ਜਿਹੜਾ ਦਰਿਆਵਾਂ ਦਾ ਸਾਰਾ ਹਰਿਆਣੇ ਤੇ ਰਾਜਸਥਾਨ ਨਾਲ ਨੂੰ ਮੋੜ ਦਿੱਤਾ ਗਿਆ 16% ਜਿਹੜੀ ਕਾਗਜ਼ਾਂ ਦੇ ਵਿੱਚ ਸਾਡੀ ਖੇਤੀ ਹੈ ਉਹ ਦਰਿਆਈ ਪਾਣੀ ਨਾਲ ਹੋ ਰਹੀ ਹੈ ਜਦ ਕਿ ਹਰਿਆਣੇ ਕੋਈ ਇੱਕ ਦਰਿਆ ਵਾ ਉਹ 40% ਤੋਂ ਵੱਧ ਕਰਦਾ ਪਿਆ ਵਾ ਰਾਜਸਥਾਨ ਦਾ ਵੱਡਾ ਖਿੱਤਾ ਜਿਹੜਾ ਹੈ ਜਿੰਨੂੰ ਪੰਜਾਬ ਦਾ 58% ਪਾਣੀ ਬੇਵਜਾ ਦੇ ਦਿੱਤਾ ਗਿਆ ਉਹ ਇੱਕ ਲੁੱਟ ਹੈ ਤੇ ਇੱਕ ਸਿਵਲਾਈਜੇਸ਼ਨ ਦਾ ਖਾਤਮਾ ਹੈ ਉਹ ਦੂਸਰਾ ਜਿਹੜਾ ਮੈਨੂੰ ਲੱਗਦਾ ਹੈ ਨਾ ਇਹ ਡੈਮ ਜਿਹੜਾ ਹੈ ਇਹ ਸਾਡੇ ਲਈ ਇੱਕ ਵਾਟਰ ਬੰਬ ਹੈ ਜਦੋਂ ਇੰਡੀਆ ਪਾਕਿਸਤਾਨ ਦਾ ਰੱਬ ਨਾ ਕਰੇ ਵੀ ਇਹੋ ਜੀ ਕੋਈ ਸਿਚੁਏਸ਼ਨ ਆ ਵੀ ਬਿ ਆਣਾ ਚ ਜੰਗ ਲੱਗੇ ਜਾਂ ਮੈਂ ਮੈਂ ਨਹੀਂ ਚਾਹਾਂਗਾ ਕਿ ਸਾਡੇ ਖਿੱਤੇ 'ਚ ਕੋਈ ਜੰਗ ਲੱਗੇ ਬਾਕੀਆਂ 'ਚ ਉਹ ਜੋ ਸੋਚਦੇ ਕਰ ਸਕਦੇ ਆ ਜੇ ਕੁਛ ਉਹਨਾਂ ਨੂੰ ਖਤਰਾ ਹੋਇਆ ਪਾਕਿਸਤਾਨ ਬਾਰਡਰ ਤੋਂ ਜਾਂ ਕੋਈ ਹੋਰ ਤਾਂ ਉਹ ਡੈਮ ਤੋੜਨਗੇ ਤਾਂ ਸਾਨੂੰ ਨਹੀਂ ਉਹ ਦੇਖੂਗੇ ਵੀ ਅਸੀਂ ਜੇ ਕਰੋੜ 2 ਕਰੋੜ ਬੰਦੇ ਇੱਥੇ ਵਸੇ ਵੀ ਆਂ ਜ਼ਿਆਦਾਤਰ ਨਸਲਾਂ ਤਾਂ ਸਾਡੀਆਂ ਭਜਾਤੀਆਂ ਤਾਂ ਮਾਰ ਦੇਣਗੇ ਉਹ ਚੇਜ ਕਰਨਗੇ ਨਹੀਂ ਤਾਂ ਡੈਮ ਤੋੜਨਗੇ ਸਾਨੂੰ ਤਬਾਹ ਕਰਨਗੇ ਉਹ ਹਰ 4-5 ਸਾਲ ਬਾਅਦ ਇਹ ਟੈਸਟ ਵੀ ਕਰਦੇ ਆ ਤਾਂ ਹੀ ਇਹਦੇ ਵਿੱਚ ਜਿਹੜਾ ਜਦੋਂ ਵੀ ਹੜ ਆਂਦਾ ਵਾ ਇਹਦੇ ਵਿੱਚ ਸਤਲੁਜ ਦੇ ਵਿੱਚ ਉਹ ਮੈਨ ਮੇਡ ਹੁੰਦਾ ਹੈ ਮੈਨ ਮੇਡ ਮਿਸਟੇਕ ਹੁੰਦੀ ਹੈ ਤੋ ਇਸ ਕਰਕੇ ਸਾਡ ਨੂੰ ਮੈਨੂੰ ਨਹੀਂ ਲੱਗਦਾ ਵੀ ਡੈਮ ਜਿਹੜੇ ਦੁਨੀਆ ਲਈ ਜ਼ਰੂਰੀ ਹੈ ਇਹਨਾਂ ਦਾ ਇਹਨਾਂ ਤੋਂ ਵੱਡੀ ਗੱਲ ਇਹ ਹੈ ਵੀ ਦਰਿਆ ਜਿਹੜੇ ਆ ਉਹ ਕੁਦਰਤੀ ਰੂਪ ਚ ਚੱਲਨੇ ਚਾਹੀਦੇ ਆ ਤੇ ਉਹਨਾਂ ਨੂੰ ਇੱਕ ਜਿਉਂਦਾ ਬੰਦਾ ਮੰਨ ਕੇ ਜਿਵੇਂ ਗੰਗਾ ਨੂੰ ਜਿਉਂਦਾ ਬੰਦਾ ਮੰਨ ਕੇ ਉਹਦੇ ਹੱਕ ਬਹਾਲ ਐ ਜਿਵੇਂ ਜਮੁਨਾ ਨੂੰ ਜਿਉਂਦਾ ਬੰਦਾ ਮੰਨ ਕੇ ਹੱਕ ਬਹਾਲ ਐ ਉਸੇ ਤਰ੍ਹਾਂ ਸਤਲੁਜ ਤੇ ਪੰਜਾਬ ਦੇ ਦਰਿਆਵਾਂ ਦਾ ਉਹ ਹੱਕ ਬਹਾਲ ਹੋਣੇ ਚਾਹੀਦੇ ਆ ਕਿਉਂਕਿ ਸਾਡੇ ਲਈ ਇੱਕ ਲਿਵਿੰਗ ਚੀਜ਼ ਐ ਸਾਡੇ ਲਈ ਪੂਜਨਿਕ ਐ ਬਾਕੀ ਤਾਂ ਇਹ ਐ ਵੀ ਜਿਹੜਾ ਇੱਕੋ ਬਾਤ ਕਰਦੇ ਆਪਾਂ ਵੀ ਸੰਧੀ ਹੋਈ ਸੀ ਜੇ ਮਹਾਰਾਜ ਜਲੀ ਮੈਂ ਉਹੀ ਦੱਸ ਦਿਆਂ ਇਹ ਅੱਜ ਦੇ ਦੌਰ ਚ ਨਾ ਜਿਹੜੇ ਭਾਜਪਾ ਜਾਂ ਮੋਦੀ ਕੇ ਆ ਜਾਂ ਸੰਗ ਕੇ ਆ ਇਹ ਆਪਣੇ ਆਪ ਨੂੰ ਹਿੰਦੂਤਵਵਾਦ ਆ ਜਾਂ ਕਹਿੰਦੇ ਵੀ Hindu ਉਹਦਾ ਸੋਚਦਾ ਸੀ ਮਾਲਕਾਂ ਜਾਂ ਦਾਵੇਦਾਰ ਹੈ ਜਦ ਕਿ ਇਹਨਾਂ ਨੇ ਇਹ ਸਾਰਾ ਕੁਝ ਬੜਾ ਵਿਕਾਰ ਤੇ Hindu ਤਵ ਦੀ ਜਿਹੜੀ ਵਿੱਚ ਕੋਮਲਤਾ ਸੀਗੀ ਉਹਦੇ ਵਿੱਚ ਵੀ ਉਹਨੂੰ ਬੜਾ ਬੇਦਰਦੀ ਨਾਲ ਹਨ ਰੁੰਦੇ ਆ ਇਹ ਨਾਰਿਆਂ ਦੀ ਪੋਲਿਟਿਕਸ ਰਹਿ ਗਈ ਹੈ ਇਹਨਾਂ ਨੇ ਉੱਤਰਾਖੰਡ ਦੇ ਵਿੱਚ ਕੀ ਗੰਦ ਪਾਇਆ ਹੈ ਅੱਜ ਜੋਸ਼ੀ ਮੱਠ ਜਿਹੜਾ ਹੈ ਉਹ ਤਬਾਹ ਹੋ ਗਿਆ ਹੈ ਉੱਤਰਾਖੰਡ ਸ਼ਿਵਜੀ ਭਗਵਾਨ ਦਾ ਘਰ ਹੈ ਉਹ ਕਲਾਸ਼ ਹੈ ਜਿਹੜਾ ਇਵਨ ਮਾਨਸਰੋਵਰ ਹੈ ਮਾਨਸਰੋਵਰ ਤੋਂ ਸਤਲੂ ਜਾਂਦਾ ਸ਼ਿਵਜੀ ਤੇ ਪਹਿਰਾ ਚੋਂ ਨਿਕਲ ਕੇ ਆਂਦਾ ਹੈ ਤੇ ਉਹ ਪੰਜਾਬ ਦੀ ਧਰਤੀ ਨੂੰ ਹਰੀ ਭਰੀ ਬਣਾਉਂਦਾ ਹੈ ਇਹ ਦਰਿਆ ਨੂੰ ਡੱਕਣ ਨੂੰ ਫਿਰਦੇ ਆ ਖਤਮ ਕਰਨ ਨੂੰ ਫਿਰਦੇ ਆ ਤਾਂ ਇਹਦਾ ਮਤਲਬ ਕੀ ਹੈ ਜਿਹੜਾ ਭਗਵਾਨ ਸ਼ਿਵਜੀ ਦਾ ਖਿੱਤਾ ਹੈ ਸਾਰਾ ਉਹ ਤਬਾਹ ਕਰਨ ਵੱਲ ਨੂੰ ਜਾ ਰਿਹਾ ਜਦੋਂ ਲਾਹੌਰ ਦਰਬਾਰ ਦੀ ਤਿੱਬਤ ਨਾਲ ਜਿਹੜੀ ਸੰਧੀ ਹੋਈ ਹੈ ਲਦਾਖ ਹਾਲੀ ਉਹਦੇ ਵਿੱਚ ਮਹਾਰਾਜਾ ਜਿਹੜਾ ਸੀਗਾ ਲਾਹੌਰ ਦਾ ਸ਼ਰੀ ਮਹਾਰਾਜ ਨੂੰ ਕੋਈ ਵੀ ਉਸ ਸਮੇਂ ਸ਼ੇਰ ਸਿੰਘ ਸੀਗਾ ਉਹਨੂੰ ਦੂਜਾ ਮਹਾਰਾਜਾ ਉਹ ਜੰਮੂ ਤੀਜਾ ਦਲਾਈ ਲਾਮਾ ਤਿੱਬਤੀਆਂ ਦਾ ਗੁਰੂ ਤੇ ਇਹ ਸੀਗੇ ਉਹ ਬਣੇ ਤਿੱਬਤੀ ਫੌਜ ਸੀਗੀ ਤੇ ਲਦਾਖ ਦੇ ਸ਼ਾਹੀ ਪਰਿਵਾਰ ਦਾ ਸੀਗਾ ਵੀ ਉਹ ਇਹਦੇ ਅਧੀਨ ਰਹੂਗਾ ਲਾਹੌਰ ਦੇ ਤੇ ਉਹਦੀ ਜਾਮਣੀ ਭਰਨ ਦੇ ਲਈ ਕਿਹੜੀ ਉਹਨੂੰ ਮੰਨਿਆ ਗਿਆ ਪਵਿੱਤਰ ਕਲਾਸ਼ ਤੇ ਮਾਨ ਸਰੋਵਰ ਦੇਖੋ ਉਸ ਵੇਲੇ ਚੀਜ਼ ਦੀ ਪਵਿੱਤਰਤਾ ਨੂੰ ਉਹ ਮੰਨਦੇ ਸੀਗੇ ਜਾਂ ਇਹਦਾ ਸਨਮਾਨ ਕਰਦੇ ਸੀਗੇ ਤੇ ਅੱਜ ਦਾ ਹਿੰਦੂਤਵਾ ਕੀ ਹੈ ਵਾ ਇਹਨਾਂ ਨੇ ਪਹਿਲਾਂ ਪੂਰਾ ਉੱਤਰਾਖੰਡ ਤਬਾਹ ਕਰਤਾ ਹੁਣ ਸਾਰਾ ਹਿਮਾਲਿਆ ਹਿਮਾਚਲ ਦਾ ਤਬਾਹ ਕਰ ਰਹੇ ਆ ਸਰੰਗਾ ਸਰੰਗਾ ਕਰ ਰਹੇ ਆ ਉਹ ਸਾਰਾ ਕੁਝ ਧਰਮਸਾਲਾ ਤੱਕ ਜਿਹੜਾ ਹਿਮਾਲਿਆ ਖਤਰੇ 'ਚ ਹੈ ਸਾਡੇ ਲਈ ਤਾਂ ਪਹਾੜ ਜਿਹੜੇ ਆ ઋષਿਮੁਨੀ ਆ ਅਸੀਂ ਇਹਨਾਂ ਨੂੰ ਪੂਜਦੇ ਆਂ ਅਸੀਂ ਦਰਿਆਵਾਂ ਅੱਗੇ ਵੀ ਮੱਥਾ ਟੇਕਦੇ ਆਂ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਜਿਹੜੀਆਂ ਆਪਣੇ ਕੁਝ ਵਪਾਰੀਆਂ ਦੇ ਮੁਨਾਫੇ ਲਈ ਦਰਿਆਵਾਂ ਦਾ ਵਹਾਅ 모ੜਨਾ ਜਾਂ ਇਸ ਪੂਰਾ ਇਕੋਸਿਸਟਮ ਨੂੰ ਤਬਾਹ ਕਰਨਾ ਉਹ ਜੇ ਹਿੰਦੂ ਤੱਤ ਦੇ ਦਾਅਵੇਦਾਰ ਹੁੰਦੇ ਤਾਂ ਆ ਨਾ ਕਰਦੇ ਇਹ ਤਾਂ ਸਾਰੀ ਫਲਸਫੀਕਲ ਜਿਹੜੀ ਉਹਦੇ ਵਿੱਚ ਧਾਰਨਾ ਹੈ ਨਦੀਆਂ ਨੂੰ ਪਵਿੱਤਰ ਮੰਨਿਆ ਗਿਆ ਉਹਨਾਂ ਨੂੰ ਜਿਉਂਦਾ ਉਹ ਮੰਨਿਆ ਗਿਆ ਦੇਵੀਆਂ ਮੰਨਿਆ ਗਿਆ ਉਹ ਤਾਂ ਦੇਵੀਆਂ ਨੂੰ ਦਾ ਕਤਲ ਕਰਨ ਜਾ ਰਹੇ ਆ ਤੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਦਾਵੇਦਾਰ ਹੈ ਦੂਸਰੀ ਗੱਲ ਇਹ ਹੈ ਵੀ ਇਹ ਲੋਕਾਂ ਨੇ ਜਿਹੜਾ ਸੀਗਾ ਇਹ 1996 97 ਚ ਜੋ ਗੱਲਾਂ ਕਰਦੇ ਸੀਗੇ ਇਹ ਖੇਤੀ ਦੇ ਗੱਲ ਕਰਦੇ ਸੀਗੇ ਇਹ ਜੀਐਮ ਫੂਡ ਦਾ ਜਿਹੜਾ ਵਿਰੋਧ ਕਰਦੇ ਸੀਗੇ ਇਹ ਛੋਟੇ ਵਪਾਰੀ ਦੀ ਗੱਲ ਕਰਦੇ ਸੀ ਕਿਸਾਨ ਦੀ ਗੱਲ ਕਰਦੇ ਸੀਗੇ ਜਿਹੜਾ ਮਾਡਲ ਇੱਕ ਦਿਨ ਦੇ ਸੀਗੇ ਵੀ ਸਵਦੇਸ਼ੀ ਸਵਰਾਜ ਕੀ ਹੈ ਉਹਦੇ ਵਿੱਚੋਂ ਇਹਨਾਂ ਨੇ ਤਾਂ ਸਭ ਕੁਝ ਮਨਫੀ ਕਰ ਦਿੱਤਾ ਉਹਦੇ ਵਿੱਚੋਂ ਤਾਂ ਇਹਨਾਂ ਦੇ ਖਤਰਨਾਕ ਨਫਰਤੀ ਨਾਰੇ ਰਹਿ ਗਏ ਆ ਯਾ ਵੱਡੇ ਵਪਾਰੀ ਰਹਿ ਗਏ ਆ ਕਾਂਗਰਸ ਨੇ ਮਾਰਵਾੜੀ ਵਪਾਰੀ ਪ੍ਰਮੋਟ ਕੀਤੇ ਤੇ ਇਹਨਾਂ ਨੇ ਗੁਜਰਾਤੀ ਵਪਾਰੀ ਪ੍ਰਮੋਟ ਕਰ ਰਹੇ ਆ ਤੁਸੀਂ ਇੱਕ ਚੀਜ਼ ਹੋਰ ਦੇਖੋ ਅੱਜ ਪੰਜਾਬ ਦੇ ਵਿੱਚੋਂ ਆਪਣਾ ਜਿਹੜਾ ਖਿੱਤਾ ਆ ਆਪਾਂ ਜਿੱਥੇ ਬੈਠੇ ਆ ਇਹ ਪੂਆਧ ਦਾ ਖਿੱਤਾ ਹੈ ਇਹ ਠੇਠ ਪੰਜਾਬੀ ਖਿੱਤਾ ਜਿੱਦਾਂ ਇੱਥੋਂ ਸਾਨੂੰ ਇਹਨਾਂ ਨੇ ਜਿਸ ਮਾੜੀ ਭਾਵਨਾ ਨਾਲ ਖਦੇੜਿਆ ਸਾਡੀ ਦਾਵੇਦਾਰੀ ਖਤਮ ਕੀਤੀ ਹੈ ਨੇਰੂ ਨੇ ਬੰਬੇ ਤੇ ਮਰਾਠੀਆਂ ਦੀ ਦਾਅਵੇਦਾਰੀ ਨਹੀਂ ਸੀ ਮੰਨੀ। ਨੇਰੂ ਚਾਹੁੰਦਾ ਸੀਗਾ ਕਿ ਬੰਬੇ ਜਿਹੜਾ ਹੈ ਉਹ ਯੂਟੀ ਬਣੇ ਤੇ ਮਰਾਰਜੀ ਦਸਾਈ ਜਿਹੜਾ ਜਨਤਾ ਪਾਰਟੀ ਦਾ ਸੀਗਾ ਉਹ ਕਹਿੰਦਾ ਸੀਗਾ ਵੀ ਗੁਜਰਾਤ ਨੂੰ ਮਿਲੇ। ਤਾਂ ਉੱਥੇ 105 ਮਰਾਠੀ ਜਿਹੜੇ ਆ ਸ਼ਹੀਦ ਹੋਏ ਆ ਗੋਲੀ ਖਾਧੀ ਐ ਤਾਂ ਜਿਹੜਾ ਹੈ ਬੰਬੇ ਐ ਉਹ ਮਹਾਰਾਸ਼ਟਰ ਦਾ ਹਿੱਸਾ ਬਣਿਆ। ਹੁਣ ਜਿਹੜੇ ਸੰਘੀ ਆਪਣੇ ਆਪ ਨੂੰ ਮਰਾਠੇ ਕਹਿੰਦੇ ਐ ਇਹ ਪੇਸ਼ਵੇ ਕਹਿੰਦੇ ਐ। ਉਹੀ ਜੋ ਕੰਮ ਉਹਨਾਂ ਨਾਲ ਨਹਿਰੂ ਤੇ ਮਰਾਰਜੀ ਦਸਾਈ ਨੇ ਕੀਤਾ ਉਹੀ ਉਹ ਪੰਜਾਬ ਨਾ ਕਰਦੇ ਪਏ ਨਹਿਰੂ ਤਾਂ ਸਾਡਾ ਸ਼ਰੀਕ ਹੈਗਾ ਹੀ ਸੀਗਾ ਪਰ ਇਹ ਵੀ ਉਹੀ ਨਹਿਰੂ ਤੇ ਇੰਦਰਾ ਦੀ ਪੋਲਿਸੀ ਨੂੰ ਐਕਸਟੈਂਡ ਕਰ ਰਹੇ ਆ ਜਾਂ ਇੱਥੇ ਲਾਗੂ ਕਰ ਰਹੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਡਾਈਵਰਸਿਟੀ ਨਾਲ ਸੋਚਦੇ ਆ ਜਾਂ ਕੁਝ ਹੋਇਆ ਨਫ਼ਰਤ ਹੀ ਹੈ ਦੂਜੀ ਗੱਲ ਇਹ ਵੀ ਅੱਜ ਦੇ ਦੌਰ ਦੇ ਵਿੱਚ ਇਹ ਧਾਰਾ ਨੂੰ ਬੜਾ ਪ੍ਰਮੋਟ ਕਰ ਰਹੇ ਆ ਪਰ ਖਤਰਨਾਕ ਗੱਲ ਇਹ ਹੈ ਵੀ ਧਾਰਾ ਸ਼ਕੂਨ ਧਾਰਾਸ਼ ਕੋ ਛ ਧਾਰਾਸ਼ ਕੋ ਮਤਲਬ ਬਹੁਤ ਵਧੀਆ ਇਸਲਾਮ ਦਾ ਇੱਕ ਕਹਿ ਲਿਏ ਕਿ ਵਧੀਆ ਸ਼ਾਹਜਾਹ ਦਾ ਸੀਗਾ ਮੁਗਲਾਂ ਦਾ ਤੇ ਇਸਲਾਮ ਨੂੰ ਤੇ ਉਹ ਵਿਦਾਂਤ ਦੀ ਫਲਸਫੀ ਤੇ ਉਹਨੇ ਬਹੁਤ ਸੋਹਣਾ ਕੰਮ ਕੀਤਾ ਉਹਨੇ ਤਰਜਮਾ ਕੀਤਾ ਦਾ ਉਪਨਿਸ਼ਦਾਂ ਦਾ ਫਾਰਸੀ ਚ ਤੇ ਆਪਣਾ ਪੰਜਾਬ ਨਾਲ ਉਹਦਾ ਰਿਸ਼ਤਾ ਸੀਗਾ ਗੁਰੂ ਪਰਿਵਾਰ ਨਾਲ ਤਾਂ ਦਾਰਾ ਹੋਵੇ ਖੁਸਰੋ ਹੋਵੇ ਦੋਹਾਂ ਦਾ ਰਿਸ਼ਤਾ ਰਿਹਾ ਤੇ ਉਸ ਦਾਰਾ ਦਾ ਕਤਲ ਔਰੰਗਜ਼ੇਬ ਨੇ ਕੀਤਾ ਤੇ ਅੱਜ ਇਹ ਦਾਰਾ ਨੂੰ ਜੇ ਲਾਗੂ ਵੀ ਕਰ ਰਹੇ ਆ ਜਾਂ ਪ੍ਰਮੋਟ ਵੀ ਕਰ ਰਹੇ ਆ ਔਰੰਗਜ਼ੇਬ ਬਣ ਕੇ ਕਰ ਰਹੇ ਆ ਉਸ ਨਫ਼ਰਤ ਹੀ ਉਹਦੇ ਵਿੱਚੋਂ ਦਾਰਾ ਪ੍ਰਮੋਟ ਵੀ ਕਰ ਕਰ ਦਿੱਤਾ ਜਾਣਾ ਤਾਂ ਉਹ ਵੀ ਇਹਨਾਂ ਨੂੰ ਮੁਗਲ ਹੀ ਬਣਾ ਰਿਹਾ ਜੇ ਦਾਰਾ ਨੂੰ ਪ੍ਰਮੋਟ ਕਰਨਾ ਹੋਵੇ ਤਾਂ ਦਾਰਾ ਬਣ ਕੇ ਹੀ ਉਹ ਹੋਊਗਾ ਉਹਦੇ ਵਿੱਚ ਆਸ-ਪਾਸੇ ਦੀਆਂ ਜਿਹੜੀਆਂ ਡਾਈਵਰਸਿਟੀਆਂ ਆ ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਉਹਨਾਂ ਨਾਲ ਰਿਸ਼ਤੇ ਬਣਾਉਣ ਦੀ ਗੱਲ ਹੁੰਦੀ ਹੈ ਜਦ ਕੀ ਇਹ ਤਾਂ ਜਿਹੜਾ ਔਰੰਗਜ਼ੇਬ ਵਾਲਾ ਮੁਤਸਬੀ ਮਾਡਲ ਸੀ ਨਾ ਉਹ ਲਾਗੂ ਕਰ ਰਿਹਾ ਤੇ ਪੰਜਾਬ ਵੀ ਉਹ ਨਫਰਤ ਚੇਲ ਰਿਹਾ ਮਤਲਬ ਸ ਨਿਬੜਦੀ ਬਾਤ ਜੋ ਹੈ ਵੀ ਵਿਗਿਆਨਿਕ ਸੋਚ ਦੇ ਨਾਂ ਪਰ ਵਨਸਵਨਤਾਜ ਦੀ ਕੋਟਰਤ ਹੈ ਉਹ ਤਵਾ ਕਰਿਆ ਜਾ ਰਿਹਾ ਉਹ ਦੇਖੋ ਭਾਵੇਂ ਵਿਗਿਆਨਿਕ ਸੋਚ ਹੈ ਭਾਵੇਂ ਹਿੰਦੂਤਵਾਦੀ ਸੋਚ ਦੇ ਨਾਂ ਤੇ ਜੋ ਅੱਜ ਪ੍ਰਮੋਟ ਕਰ ਰਹੀ ਹੈ ਦੋਹਾਂ ਦਾ ਮਤਲਬ ਇਹ ਹੈ ਵੀ ਡਾਈਵਰਸਿਟੀਆਂ ਖਤਮ ਕਰਨੀਆਂ ਚਾਹੇ ਉਹ ਵਿਗਿਆਨਿਕ ਸੋਚ ਦੁਨੀਆ ਦੀ ਗਲੋਬਲਾਈਜੇਸ਼ਨ ਦੇ ਨਾਂ ਤੇ ਡਾਈਵਰਸਿਟੀਆਂ ਖਤਮ ਕਰ ਰਹੀ ਹੈ ਉਹਦੇ ਵਿੱਚ ਕੀ ਹੈ ਵੀ ਇੱਕ ਮਜ਼ਦੂਰ ਇੱਕ ਪੂੰਜੀਪਤੀ ਹੋ ਉਹ ਕਲਾਸ ਸਟਰਗਲ ਹੈ ਕਲਾਸ ਸਟਰਗਲ ਹੁਣ ਲੈਫਟ ਵਾਲਿਆਂ ਨਾਲ ਮੇਰਾ ਵਿਰੋਧ ਇਸ ਕਰਕੇ ਵੀ ਹੈ ਮਤਲਬ ਮੈਂ ਉਦਾਂ ਕੁਝ ਵਿਰੋਧ ਹੋਣੀਆਂ ਜਿਹੜੀ ਨਾਸਹਿਮਤੀਆਂ ਉਹਨਾਂ ਨਾਲ ਉਹ ਇਹ ਹੈ ਵੀ ਜਿਹੜੇ ਆਦੀਵਾਸੀ ਇਲਾਕੇ ਦੇ ਲੋਕ ਹੈ ਆਦੀ ਮਤਲਬ ਜੰਗਲਾਂ ਦੇ ਲੋਕ ਹੈ ਉਹ ਹੁਣ ਤੋਂ ਨਹੀਂ ਲੜਦੇ ਜਾਂ ਇਹ ਕਹਿਦਣ ਕਿ ਇਹ ਉਹਨਾਂ ਦੀ ਲੜਾਈ ਲੜਦੇ ਆ ਉਹ ਅੰਗਰੇਜ਼ ਵੇਲੇ ਵੀ ਲੜਦੇ ਪਏ ਸੀ ਉਹ ਮੁਗਲਾਂ ਵੇਲੇ ਵੀ ਲੜਦੇ ਪਏ ਸੀ ਅੰਗਰੇਜ਼ ਨੇ ਵੀ ਜੰਗਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਕੀਤੀ ਕਿਉਂਕਿ ਲੜਾਕੇ ਸੀਗੇ ਉਹ ਲੜਦੇ ਸੀ ਉਹਨਾਂ ਲਈ ਜਲ ਜੰਗਲ ਜ਼ਮੀਨ ਜਿਹੜਾ ਹੈ ਉਹ ਸਿਰਫ ਉਹਨਾਂ ਦੇ ਇੱਕ ਰਿਸੋਰਸ ਨਹੀਂ ਹੈ ਉਹਨਾਂ ਦੀ ਉਹਦੇ ਵਿੱਚ ਸ਼ਰਧਾ ਵੀ ਹੈ ਉਹ ਆਪਣੀ ਜ਼ਮੀਨ ਹੈ ਤੇ ਉਹ ਉਸ ਸੱਭਿਆਚਾਰ ਨਾਲ ਜੁੜੇ ਹੋਏ ਹੈ ਉਹ ਕਿਤੇ ਨਾਲ ਉਹਨਾਂ ਦੇ ਧਾਰਮਿਕ ਜਿਹੜੇ ਆ ਉਹ ਵੀ ਹੈ ਉਹਨਾਂ ਦੀ ਮਹਾਨਤਾਵਾਂ ਵੀ ਹੈ ਉਹ ਪਹਾੜਾਂ ਨੂੰ ਪਵਿੱਤਰ ਮੰਨਦੇ ਦੇਵਤਾ ਦੀ ਤਰ੍ਹਾਂ ਪੂਜਦੇ ਆ ਬਟ ਇੱਥੇ ਵੀ ਜਿਹੜੀ ਆ ਆ ਰਹੀ ਹੈ ਵਿਗਿਆਨਿਕ ਸੋਚ ਵਾਲੇ ਜਾਂ ਕਹ ਰਹੇ ਆ ਕਿ ਲੈਫਟ ਦੀ ਸੋਚ ਹੈ ਉਹ ਕਹਿੰਦੇ ਆ ਵੀ ਬਸ ਇੱਕ ਕਲਾਸ ਸਟਰਗਲ ਹੈ ਤੁਹਾਨੂੰ ਆਰਥਿਕ ਤੌਰ ਤੇ ਦਬਾਇਆ ਜਾ ਰਿਹਾ ਗਰੀਬ ਰੱਖਿਆ ਜਾ ਰਿਹਾ ਉਹ ਉਸ ਨੂੰ ਉਹਦੇ ਵਿੱਚੋਂ ਉਹਨਾਂ ਦਾ ਜਿਹੜਾ ਇੱਕ ਰਵਾਇਤੀ ਜੁਝਾਰੂਪਨ ਸੀਗਾ ਜਾਂ ਉਹਨਾਂ ਦਾ ਇੱਕ عقیدہ ਸੀਗਾ ਉਹ ਮਾਰ ਕੇ ਉਸ ਲੜਾਈ ਨੂੰ ਲੜਨਾ ਚਾਹੁੰਦੇ ਆ ਤੇ ਮੈਨੂੰ ਨਹੀਂ ਲੱਗਦਾ ਉਸ ਚੀਜ਼ 'ਚ ਕਦੀ ਕਾਮਯਾਬ ਹੋਣਗੇ